जनाब ए काले दा की करी हुन ओए गल सुन ओए तू बंदा बणया तेरे पिता तेरे पिंड च सारी रिपोर्ट आंडियां पिंड च गल पाया दसा ना ओ दादा इत्थे चल जा डेरा चक ला अपना नहीं चाके सिलेखा दे तू अगे दो लभे इतने वे वे सप कढ दिने लभदे नहीं साहब जी मैं तो ना ही बड़ा जपदा मेरा सैन मेनू पता लगा साडे वड्डे साहब थाने च आया मैं तो सत्ते खरा मंगदा जनाब थोड़ी किता जे अंदर ताने मोहन वाला हाथ किता लिखो साहब मेरी रिपोर्ट लिखो तेरा नाम की है मेरा नाम जी भूषण नाथ भूषण चुप करेगा जबान मुंह च पाला भरावा मैं नाम लिखो रहा देखो भूषण नाथ हां सप गवाचा डब खड़बा काले रंग दा चिट्टे रंग दा ही नहीं नहीं लाल रंग दा ही तेरे वर्गा नहीं किते ना ना मेरे वर्गा नहीं साहब जी मैं तो पालिया बड़ी मेहनत ना मेहनत वाली गल है लादू किन्ना लंबा सीगा लंबा पता नहीं पटारी दे विच गुच्छी जी मार के बैंदा हुंदा मैनूं तां पता ही नहीं ओए सप तेरा सी किसे चोरी कीता तू मैनूं ओह दाच मिलिया सी साडे दंदे हुंदे दाच लगदा तेरे पड़े फेरने पैणे तेन साहब जी मैं तो तुहाडे लई खैर मंगदा मैं तुहाडे नां दा चिराग जगाया सत्ते खरे होणगीआं तुहाडे वेखो अफसरियां वध जाणगीआं टोपी तो खड़ा छुट गया तुम ऐसी झलर वाली पग मिल जानी मैं चलो गलती हो गई साहब जी मैं पर हाथ लाना मिनट वाली गल चलो ऐदा की ना सही थोड़ी ओदा की पग हो जाए मैं हाँ जी थानेदार पता हाँ चलो कोई गल फोन बजन डे जय सर जय सर सर तो बधाइया जी रखा मेरा सप लग गया थैंक यू सर थैंक यू ओ तेरा काम कर कितना चलता एक मिनट ओ बले बधाइया भाई जनाब जी बड़िया बधाइया वा ओए काका रैंक बढ़ गया रैंक बढ़ गया मैं तो कुछ और समझा ही मैं मेरा सप लग गया ना उधर ओए चुप कर ਸਾਡੇ ਸਾਹਿਬ ਦਾ ਰੈਂਕ ਵੱਧ ਗਿਆ ਵਾ ਕੀ ਹੋਇਆ ਕਿ ਇੱਕ ਸਟਾਰ ਹੋਰ ਲੱਗ ਜਾਣਾ ਹੁਣ ਹਾਂ ਦੇਖਿਆ ਮੇਰੇ ਲੱਗਦਾ ਪੜਦਾਦਿਆਂ ਨੇ ਦਾਦਿਆਂ ਨੇ ਉੱਥੇ ਚਿਰਾਗ ਜਿਹਾ ਤੇਲ ਪਾਤਾ ਹੋਣਾ ਲੱਗਦਾ ਉਹ ਤੇਰਾ ਦੇਣ ਲੱਗਾ ਨਾ ਬੋਏ ਜਨਾਬ ਇਹ ਤਾਂ ਨਾਂ ਤੇ ਲਿਖ ਲਿਆ ਵਾ ਇਹਦੇ ਬਾਰੇ ਕੀ ਕਰਨਾ ਜੋ ਓਏ ਤੈਨੂੰ ਮੈਂ ਪਹਿਲਾਂ ਵੀ ਗਿਆ ਨਾ ਤੂੰ ਪਿੰਡ 'ਚੋਂ ਚੱਲ ਜਾ ਬਾਹਰ ਹਾਂ ਚੱਲ ਜਾ ਪਿੰਡ 'ਚੋਂ ਬਾਹਰ ਸਹੀ ਕੀਤਾ ਹੁਣ ਤੇਰੀਆਂ ਬਹੁਤ ਸ਼ਿਕਾਇਤਾਂ ਆਉਂਦੀਆਂ ਪਿੰਡ 'ਚ ਤੂੰ ਸਾਰੇ ਪਿੰਡ ਨੂੰ ਖਰਾਬ ਕੀਤਾ ਹੋਇਆ ਅੱਛਾ ਇਥੋਂ ਡੇਰਾ ਚੱਕ ਲੈ ਤੇ ਇਥੋਂ ਨਿਕਲ ਜਾ ਨਹੀਂ ਤੇ ਸਾਹਬ ਲਾਲਾ ਅੰਦਰ ਬੰਦ ਕਰ ਦੂੰ ਹਾਂ ਪੜੇ ਬੜੇ ਫੇਰੇ ਤੇਰੇ ਮੈਂ ਸਾਹਬ ਜੀ ਆਹ ਗੱਲ ਮੇਰੇ ਵੱਲ ਦੀ ਕਿਤੇ ਆ ਸੋ ਲੱਗਾ ਮੇਰਾ ਦਿਲ ਖੁਸ਼ ਹੋ ਗਿਆ ਸਾਹਬ ਜੀ ਇਹਨੇ ਬਹੁਤ ਗੰਦ ਪਾਇਆ ਮੇਰਾ ਕਾਰੋਬਾਰ ਬੰਦ ਹੋਇਆ ਮੈਂ ਕੋ ਗਿੱਤਰ ਸੰਗੀ ਮੈਂ ਕੋ ਚਲਾ ਜੀ ਲੈ ਕੇ ਜਾਂਦਾ ਦੇਖ ਗੱਲ ਕਮੈਂ ਅੱਜ ਲੱਗਾ ਤੁਹਾਨੂੰ ਸਟਾਰ ਅੱਜ ਆ ਦਿਨ ਖੁਸ਼ੀ ਵਾਲਾ ਜਾਣਦੀ ਕਿ ਨਾਲ ਉਹ ਗੱਲ ਸੁਣ ਤੇਰਾ ਕਾਰੋਬਾਰ ਕੀ ਚੱਲਦਾ शिलाजी बनाना मैं देना तो आज तुहानू लोड़ होवे तां दस दिओ कदे लोड़ पाई जांदी आ बकवास नहीं करना साहब सामने ठीक है ना जड़ी बूटियां बनाउने असीं ਚੰਗਾ ਸਾਹਿਬ ਜੀ ਫਿਰ ਨਹੀਂ ਤਾਂ ਨਾ ਸਾਈ ਫਿਰ ਮੇਰਾ ਸੱਪ ਲਾ ਦੋ ਮੈਂ ਆ ਜਾਊਂਗਾ ਪਰਸੋਂ ਸੱਪ ਲੈ ਕੇ ਜਾਣਾ ਮੈਂ ਤੁਹਾਡੇ ਕੋਲ ਆ ਨਾ ਸੱਪ ਮਿਲਿਆ ਮੈਂ ਤੁਹਾਨੂੰ ਲੈ ਜਾਣਾ ਜੇ ਉਠ ਤੂੰ ਕਰਦਾ ਇੱਥੇ ਚੱਲ ਚੱਲ ਨਜ਼ਰ ਨਹੀਂ ਬੜੀ ਬੁਰੀ ਤਰ ਚੱਲ ਜਨਾਬ ਕੈਸੇ ਕੈਸੇ ਬੰਦੇ ਆਉਣ ਲੱਗ ਪਏ ਥਾਣੇ 'ਚ ਪਤਾ ਨਹੀਂ ਜਨਾਬ पार्टी पूर्टी कर ली आपां ओ सब ही गल ही कोई नहीं पार्टी करदे हैं ठीक है जी आ जाओ आ जाओ जनाब जी मजा गया पार्टी दा है बढ़िया ठीक है चंगा साबी मैं हुण चलिया मेरे तो हो गई बदली
ਠੀਕ ਆ ਹੁਣ ਤੁਸੀਂ ਥਾਣਾ ਸੰਭਾਲਿਓ ਤੁਹਾਡੇ ਜਿਵੇਂ ਆ ਸਾਹਿਬ ਜੀ ਅਸੀਂ ਤੁਹਾਨੂੰ ਬਹੁਤ ਮਿਸ ਕਰਾਂਗੇ ਬੜਾ ਪਿਆਰ ਸੀ ਆਪਣਾ ਨਵਾਂ ਥਾਣੇਦਾਰ ਆ ਪਤਾ ਨਹੀਂ ਕਿੱਦਾਂ ਦਾ ਹੋਵੇ ਕਿੱਦਾਂ ਦਾ ਨਾ ਹੋਵੇ ਉਹ ਥਾਣੇਦਾਰ ਵਧੀਆ ਹੋਊਗਾ ਪਰ ਪਤਾ ਲੱਗਿਆ ਅੜਬ ਯਾਦ ਥੋੜ੍ਹਾ ਜਿਹਾ ਉਹ ਠੀਕ ਆ ਸਰ ਤੁਹਾਡੇ ਨਾਲ ਹੱਥ ਰਲੇ ਸੀ ਉਹ ਵੇਖਾਂ ਕਿੱਦਾਂ ਦਾ ਨਹੀਂ ਫਿਕਰ ਕਿਉਂ ਕਰਦਾ ਮੈਂ ਆਉਂਦੇ ਰਹਿਣਾ ਆ ਉਹਦਾ ਸੀਨੀਅਰ ਬਣ ਕੇ ਆਊਂਗਾ ਸੀਨੀਅਰ ਹਾਂ ਠੀਕ ਹੈ ਸਰ ਜੀ ਫਿਰ ਅਸੀਂ ਕਰਾਂਗੇ ਤੁਹਾਡਾ ਇੰਤਜ਼ਾਰ ਹਾਂ ਚੰਗਾ ਕਾਕਾ ਠੀਕ ਹੈ ਸਰ ਓਕੇ ਲਓ ਵੀ ਥਾਣੇਦਾਰ ਸਾਹਿਬ ਚਲੇ ਗਏ ਆ ਹੁਣ ਨਵਾਂ ਥਾਣੇਦਾਰ ਆ ਜਾਣਾ ਵਾ ਦੇਖਦੇ ਹਾਂ ਕਿੱਦਾਂ ਦਾ ਠੀਕ ਆ ਆਪਾਂ ਕਰੀਏ ਤਿਆਰੀ ਕਿਉਂਕਿ ਨਵੇਂ ਸਾਹਿਬ ਨੇ ਆਉਣਾ ਵਾ ਆਓ ਚੱਲੀਏ ਆਪਾਂ ਵੀ ਚਲੋ ਠੀਕ ਹੈ ਚਲਾ ਜਾਓ ਕਿੱਥੇ ਮਰ ਕੇ ਸਾਰਾ ਥਾਣਾ ਖਾਲੀ ਛੱਡਿਆ ਉਹ ਕਿੱਥੇ ਗਏ ਜੋ ਓਏ ਹਾਂਜੀ ਸਰ ਹਾਂਜੀ ਦੇ ਕੋਲ ਆ ਜਾਓ ਕਿੱਥੇ ਗਿਆ ਥਾਣਾ ਖੁੱਲਾ ਛੱਡ ਕੇ ਸਰ ਜੀ ਬਾਜ਼ਾਰ ਗਏ ਜੀ ਹਾਰ ਲੈਣ ਵਾਸਤੇ ਤੁਹਾਡੇ ਪੋਣਾ ਸੀ ਨਾ ਉਹ ਤੁਹਾਡੇ ਸਵਾਗਤ ਲਈ ਤੇ ਕਰੋ ਸਵਾਗਤ ਫਿਰ ਹਾਰ ਕਿੱਥੇ ਆ ਉਹ ਤੁਹਾਡੀ ਆਵਾਜ਼ ਪਈ ਤੇ ਹੀ ਭੱਜੇ ਆ ਗਏ ਦੱਸੋ ਜਨਾਬ ਜੀ ਲੈਣ ਲੱਗੇ ਸੀ ਪਤਾ ਲੱਗਾ ਤੁਸੀਂ ਆ ਰਹੇ ਜੋ ਅਸੀਂ ਉੱਥੇ ਛੱਡ ਕੇ ਭੱਜੇ ਡਰਦੇ ਡਰਦੇ ਭੱਜੇ ਮੇਰਾ ਡਰ ਹੀ ਬਹੁਤ ਆ ਹਾਂਜੀ ਹਾਂਜੀ ਪਤਾ ਨਹੀਂ ਤੁਹਾਨੂੰ ਮੈਂ ਕੌਣ ਆ ਹਾਂਜੀ 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 ਕੌਣ ਆ ਮੈਂ ਹਾਂਜੀ ਪਤਾ ਜੀ ਨਹੀਂ ਪਤਾ ਮੈਂ ਦੱਸਦਾ ਮੈਂ ਥਾਣੇਦਾਰ ਬਿਸ਼ਨ ਸਿੰਘ ਚਲੋ ਸਾਹਮੋ ਜਾ ਕੇ ਡਿਊਟੀਆਂ ਚਲੋ ਚਲੋ ਬੈਠੋ ਬੈਠੋ ਸਰ ਬੈਠੋ ਸਰ ਜੀ ਚਾਹ ਪਾਣੀ ਕੋਈ ਲੈ ਕੇ ਆਈਏ ਉਹ ਚਾਹ ਨੂੰ ਛੱਡ ਹਵਾ ਲਾ ਚ ਕੌਣ ਕੌਣ ਆ ਅਜੇ ਤਾਂ ਜਨਾਬ ਖਾਲੀ ਆ ਸਾਲਿਓ ਥਾਣਾ ਖਾਲੀ ਛੱਡਿਆ ਹੈ ਨਾ ਤੁਸੀਂ ਥਾਣੇ 'ਚ ਹੈਗੇ ਨਾ ਕੋਈ ਮੁਜਰਮ ਹੈਗਾ ਜਾਂ ਕੋਈ ਨਾ ਫੜ ਕੇ ਲਿਆਓ ਥਾਣਾ ਭਰਿਆ ਲੱਗਣਾ ਚਾਹੀਦਾ ਮੈਨੂੰ ਠੀਕ ਆ ਜਨਾਬ ਆ ਜਾ ਲੈ ਕੇ ਆਓ ਠੀਕ ਆ ਜੀ ਆ ਨਾਲ ਚੱਲ ਬਾਈ ਮੈਂ ਵੀ ਜਾਵਾਂ ਜੀ ਚੱਲ ਜਾ ਮੈਂ ਵੀ ਚੱਲ ਜਾਂਦਾ ਮੈਂ ਇੱਥੇ ਰਹਿਣਾ ਮੈਂ ਵੀ ਚੱਲ ਜਾਂਦਾ ਇੱਥੇ ਰਹਿਣਾ ਗੋਇ ਦਾ ਘਰ ਪਾਣੀ ਦਾ ਗਲਾਸ ਲੈ ਕੇ ਆ ਚੱਲ ਠੀਕ ਹੈ ਉੱਡ ਜਾ ਹੈਲੋ ਹਾਂਜੀ ਸਾਹਿਬ ਹਾਂਜੀ ਹਾਂਜੀ ਮੈਂ ਸੰਭਾਲ ਲਿਆ ਜੀ ਚਾਰਜ ਸੰਭਾਲ ਲਿਆ ਹਾਂਜੀ ਹਾਂਜੀ ਨਹੀਂ ਨਹੀਂ ਜੀ ਨਹੀਂ ਹਾਂਜੀ ਕੌਣ ਆ ਰਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਥਾਣੇ 'ਚ ਆ ਜੀ ਜਦੋਂ ਮਰਜ਼ੀ ਆਓ ਠੀਕ ਹੈ ਜੀ ਓਕੇ ਜੀ ਜਨਾਬ ਜੀ ਜਨਾਬ ਜੀ ਆਹ ਪੀ ਕੇ ਗਾਲਾਂ ਕੱਢ ਰਿਹਾ ਉੱਥੇ ਬੰਦਾ ਆ ਓਏ ਕੌਣੇ ਇਹ ਗਾਲਾਂ ਕੱਢ ਰਿਹਾ ਜੀ ਉੱਥੇ ਤੂੰ ਗਾਲਾਂ ਕੱਢਣ ਦੀ ਆਹ ਪੁਲਿਸ ਨੂੰ ਪੁਲਿਸ ਨੂੰ ਨਹੀਂ ਹੇ ਬਾਹਰ ਲੋ ਬੰਦਿਆਂ ਨੂੰ ਕਿਉਂ ਗਾਲਾਂ ਕੱਢੀਆਂ ਬਈ ਸਾਰੇ ਲੜਦੇ ਮੇਰੇ ਨਾਲ ਕੌਣ ਲੜਦਾ ਤੇਰਾ ਮੈਨੂੰ ਦੱਸ ਤੂੰ ਕੌਣ ਲੜਦਾ ਛੱਡੋ ਛੱਡੋ ਹੁਣ ਮੈਂ ਥਾਣੇਦਾਰ ਨਾਲ ਮੇਰੀ ਓਏ ਸਾਲਿਆ ਮੈਂ ਚਪੇੜ ਮਾਰੂ ਤਮੀਜ਼ ਨਾ ਮਲਾਜ਼ਮ ਹੈ ਮੇਰਾ ਆਹੋ ਤੂੰ ਉਹਨੂੰ ਧੱਕੇ ਕਿਦਾਂ ਮਾਰਦਾ ਓਏ ਉਹ ਸਾਹਿਬ ਜੀ ਤੁਹਾਡੀ ਗੱਲ ਮੇਰੀ ਹੋ ਗਈ ਨਾ ਮੈਂ ਕਿਹਾ ਇਹਨਾਂ ਨੂੰ ਮੈਂ ਕੀ ਜਾਣਦਾ ਫਿਰ ਉਹ ਕੌਣ ਵਾਲੇ ਸਮਝਦੇ ਵੀ ਕੋਈ ਥਾਣੇਦਾਰ ਬਣ ਸਕਦਾ ਕੋਈ ਐਸਆਈ ਬਣ ਸਕਦਾ ਗੱਲ ਸੁਣ ਮੇਰੀ ਜਾਣਦਾ ਵਾਲੀ ਤੂੰ ਕੌਣ ਆ ਕੌਣ ਨਾ ਸੁਣਿਆ ਇਹਨਾਂ ਦਾ ਨਾ ਮੈਂ ਨਹੀਂ ਸੁਣਿਆ ਕਦੀ ਹੈਲੋ ਇਹਨੂੰ ਅੰਦਰ ਲੰਮੇ ਪਾਓ ਤੈਨੂੰ ਮੇਰਾ ਨਾਂ ਚੇਤੇ ਕਰਾਓ ਠੀਕ ਆ ਜੀ ਮੇਰਾ ਨਾਂ ਥਾਣੇਦਾਰ ਬਿਸ਼ਨ ਸਿੰਘ ਬਿਸ਼ਨ ਸਿੰਘ ਹਾਂ ਸਰੂਰ ਮਾਰ ਹਾਂ ਐ ਸੋਚੋ ਹਾਂ ਐ ਸੋਚੋ ਅਜੇ ਬਣਿਆ ਨਹੀਂ ਪਰ ਤੇਰੇ ਮੂੰਹ 'ਚ ਕਿਉਂ ਸ਼ੱਕਰ ਜਨਾਬ ਗਾਲਾਂ ਕੱਢ ਰਿਹਾ ਇਹ ਗਾਲਾਂ ਇਹ ਐਸਾ ਹੀ ਹੈ ਪੁੱਤ ਜਿਵੇਂ ਆ ਵੇਖੋ ਇੱਕ ਫੁੱਲ ਲੱਗਾ ਜਨਾਬ ਜੀ ਮੇਰੇ ਮੂੰਹ 'ਚ ਨਿਕਲਿਆ ਨਾ ਐ ਸੋਚੋ ਤੁਸੀਂ ਐ ਸੋਚੋ ਬੜੇ ਖੜੇ ਓਏ ਤੇਰਾ ਭਰਾ ਜੂਦਾ ਰਾ ਜੂਦਾ ਰਾ ਪਰ ਗਾਲ ਨਹੀਂ ਕਿਸੇ ਨੂੰ ਕੱਢਣੀ ਆ ਮੈਂ ਜਾਂਦਾ ਫਿਰ ਹਾਂ ਅਬੇ ਅਬੇ ਗਾਲਾਂ ਕਿੱਥੇ ਆ ਸ਼ਰਾਬੀ ਚ ਇਹਨੇ ਗਾਲਾਂ ਕੱਢ ਜਾ ਹਾਂ ਜੀ ਇਹਨੂੰ ਅੰਦਰ ਕਰੋ ਚਲੋ 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 ਠੀਕ ਆ ਜੀ ਲੈ ਕੇ ਚਲੋ ਚਲ ਜਨਾਬ ਇੱਕ ਮਿੰਟ ਹਾਂ ਦੱਸ ਕੀ ਬੋਲਣਾ ਕਾ ਬੋਲ ਜਿਹੜਾ ਮੈਂ ਕਿਹਾ ਇਕੱਲਾ ਬੰਦਾ ਨਾ ਚੰਗਾ ਨਹੀਂ ਲੱਗਦਾ ਤੁਸੀਂ ਨਾਲ ਆਇਓ ਮੇਰੇ ਨਾਲ ਸਾਡੇ ਸਾਹਿਬ ਦਾ ਸਾਹਿਬ ਆ ਮੈਂ ਅੰਦਰ ਜਾਵਾਂ ਬਾਈ ਨਹੀਂ ਤੁਸੀਂ ਮੈਨੂੰ ਅੰਦਰ ਖੜੋ ਨਾ ਮੈਂ ਇਹਨਾਂ ਦੇ ਹੱਥ ਨਹੀਂ ਜਾਣਾ ਇਹ ਨਿੱਕੇ ਬੰਦੇ ਮੈਂ ਵੱਡੇ ਸਾਹਿਬ ਨੂੰ ਮੇਰਾ ਪਤਾ ਲੱਗੇ ਸਾਹਿਬ ਨੇ ਮੈਨੂੰ ਗ੍ਰਿਫਤਾਰ ਕੀਤਾ ਰਿਸ਼ਵਤ ਦੇਣ ਦੀ ਗੱਲ ਕਰਦਾ ਨਾ ਜੋ ਆ ਡੰਡਾ ਮੈਨੂੰ ਫੜਾ ਤੇ ਇਹਨੂੰ ਸਾਲੇ ਨੂੰ ਮੈਂ ਸੂਤਰ ਕੱਢਦਾ ਆਜੋ 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 ਚੱਲ ਨਾ ਚੱਲ ਬੰਦਾ ਪਤਾ ਨਹੀਂ ਕਿੱਦਾਂ ਇਹ ਗੰਢ ਜੀ ਕਿੱਥੇ ਆ ਇਹ ਗੜੀਆਂ ਇੱਧਰ ਦੀ ਹੁੰਦੀ ਕਦੇ ਗੰਢ ਖੁੰਡੇ ਦੀ ਪਰ ਹੱਥ ਖੁੱਲ੍ਹੇ ਹੁੰਦੇ ਨਾ ਹੁਣ ਖੋਲ੍ਹ ਲੈਣੀ ਚੱਲ ਇਹ ਪਿੱਤੀ ਖਾਧੀ ਪਤਾ ਨਹੀਂ ਗੰਢ ਕਿੱਥੇ ਹੁੰਦੀ ਆ ਹੈਂ ਹੁਣ ਕੱਢੇ ਗਏ ਗਾ ਜਿਹੜਾ ਉਹ ਜਿਹੜੀਆਂ ਗਾਲਾਂ ਬਣੀਆਂ ਨਾ ਉਹ ਕੱਢਣ ਨੂੰ ਬਣੀਆਂ ਸਾਡੇ ਭਰਾ ਆ ਦੇ ਆ ਟੰਗ ਲਈ ਬੜੀਆਂ ਬੜੀਆਂ ਗਾਲਾਂ ਪਿੱਛੇ ਹੋ ਜਾ ਉਹ
ਜਾ ਤੂੰ ਸ਼ਾਪਿੰਗ ਨੂੰ ਮੈਂ ਗਾ मेरे को सेट हो गया फिर तो असर होगा थोड़ा जहा सारा जोर लवाता यार जनाब इनी डांग फिरी आ एक भी चीक नहीं मारी बंदे ने सही क्या यार जनाब मैनू तो ऐ लगता जिदा उन्हें को पैग पुग लाया जे जे उन्हें पैग लाया तो मैं भी लवा दें मरीज ना कुट लेंदा जनाब जी जनाब जी मेरे बाल बंदा गाना कट रहा ही अपना चंगा थाना यार जेड़ा बंदा बाहर गाना कट दिया जान मेरी गाते सुन लो मैं गाला कटना सी आ बंदा फड़ दिया एक तो फड़ के लिया तेन तू तो आपे आया तेन उन्हें जनाब जी जरा मैं गाला कट रहा सी फड़ के लिया हाँ कौन है की ना बीरा शराबी मेरी गायकी ना करता खराबी बीरा शराबी आप अंदर किया क्या लै गया लै गया लै गया लै गया जनाब ओनू कोई असर हों वा कोई गल नहीं लैके किया कोई गल नहीं असर जनाब जी मैं तो पैसे लाने थोड़े लैके आया जी मैं तो पैसे लाने मुंडे का विह ही जनाब जी मैं गाया सुरां दे विच अच्छा तो मैंने पैसे नहीं दिते जनाब जी मैं पैसे लैना अगर मैं गाला कड़ता है तू गाया क्यों जनाब जी मैं सिंगर है ना मैंने खड़ा लवाया मेरा ओए 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 एहो जे भी सिंगर होंदे कोई नहीं आ रहा बीरा ओ आ गया जनाब जी आ गया जो बीरा शराबी जनाब जी मैं मुंडे दे गाया गवालो फैसला इत्थे हो जूगा ये गा के सुनांदा वा ये गा के मैनूं सुना दे ते मैं पैसे दे देना तू गाण लगा ना मेरा तो स्पेशल कुर्सी लिया इत्थे कुर्सी को गाना चल फिर तेरा ध्यान किधर है तू फिर नहीं पैसे देने उन्होंने बात जनाब गाना बेचकर लग गया लो जी लो जी लो जी गाना आ ले लो फिर ओ गा लागी ना वो आंदा गाना लो जी सुनो जी ए गाना दनिया ए सब्जी वाला बंदा वा पहला कहंदा कद्दू लाओ जी शलगम लाओ जी इनु के गाना आ सदाई वो गला सब्जी बेच जा हैं ते हो के हो जा सिंगर बन गए सब्जी बेच जा बेटा साला सिंगर बन गया चल गाना बोल ਮੱਕੀ ਤੋਂ ਸਕਾਂ ਜਾ ਰਹੇ ਆ ਅੱਜ ਹੋਰ ਇੱਥੇ ਕੀ ਕਰਨਾ ਹੈ ਕੱਦੂ ਵੇਚਣਾ ਹੈ ਗਾਣਾ ਗਾ ਮੱਕੀ ਤੋਂ ਸਕਾਂ ਜਾ ਰਹੇ ਆ ਤੇ ਕਰ ਵੀ ਨਾ ਸਾਰਿਆ ਇਹਨੂੰ ਕਹ ਇੱਥੇ ਗਾ ਜਾਣਾ ਨਹੀਂ ਕਿਤੇ ਜਾਣਾ ਨਹੀਂ ਹੈ ਗਾਣਾ ਸੁਣਾ ਕੇ ਤੂੰ ਗਾਣਾ ਗਾ ਨਹੀਂ ਤੇ ਤੈਨੂੰ ਅੰਦਰ ਕਰ ਦੇਣਾ ਵੇ ਸੁਣਾ ਕਰ ਜੀ ਜੀ ਸਾਰਿਆ ਗਾਣਾ ਹਾਂ ਕੀ ਚੱਲਿਆ ਜੀਜਾ ਆਪਣੇ ਸਹੁਰੇ ਜਾਂਦਾ ਹੈ ਸਾਲੀ ਉੱਥੇ ਕੀ ਕਰਦੀ ਹੈ ਜੀਜਾ ਨੂੰ ਦੇਖ ਕੇ ਕੀ ਆਂਦਾ ਹੈ ਸਾਲ ਜੀ ਜੀਜਾ ਸਾਲੀ ਵਾਲਾ ਗਾਣਾ ਜੀ ਜੀਜਾ ਸਾਲੀ ਵਾਲਾ ਹਾਂ ਜੀਜਾ ਸਾਲੀ ਵਾਲਾ ਜਿਹੜਾ ਬੜੇ ਖੁਸ਼ ਹੋ ਮੇਰੀ ਵੀ ਸਾਲੀ ਹੈਗੀ ਤੇ ਮੈਨਾਂ ਤੋਰ ਤੇ ਸਾਹਿਬ ਗਲਤੀ ਹੋ ਗਈ ਤੈਨੂੰ ਬੋਲਣੇ ਨਾ ਸਾਹਿਬ ਨਾਲ ਵੱਡੇ ਸਾਹਿਬ ਆ ਸਾਡੇ ਮੈਂ ਭਰਿਆ ਪੀਤਾ ਹੀ ਤੇ ਮੈਂ ਕਿਹਨੂੰ ਛੇਲ ਦੇਣਾ ਹੀ ਹਾਂ ਚਲੋ ਚਲੋ ਜਨਾਬ ਜਨਾਬ ਗਾਣਾ ਸੁਣ ਆ ਰੱਖੋ ਇੱਥੇ ਆ ਫੜਾ ਤੂੰ ਮੈਨੂੰ ਇੱਕ ਛੱਡੋ ਇਹਦੇ ਜਦੋਂ ਬੋਲਦਾ ਸੁਣਾ ਜਨਾਬ ਜੀ ਇਦਾਂ ਹੀ ਉੱਥੇ ਕਰਦਾ ਸੀ ਝੂੜੇ ਲਈ ਗਾਣਾ ਸੁਣਾ ਜੀਜਾ ਆਪਣੇ ਸਹੁਰੇ ਜਾਂਦਾ ਸਾਲੀ ਨੂੰ ਵੇਖ ਕੇ ਕੀ ਆਉਂਦੀ ਹੈ ਇਰਸ਼ਾਦ ਸੁਣਾ
ਪੱਥੀਆਂ ਤੂੰ ਪੱਥਦੀ ਐ ਲੱਗਦੀ ਪਿਆਰੀ ਹੀ ਗੋਏ ਦੀ ਟਰਾਲੀ ਸੁੱਟੀ ਮੰਡੀ ਉੱਤੇ ਸਾਰੀ ਤੈਨੂੰ ਪੱਥੀਆਂ ਬਧਣ ਦਾ ਚਾ ਸਾਲੀਏ ਅਜੀ ਨੱਚ ਕੇ ਪੱਥੀ ਜਾਂਗੇ ਸੁੱਟੀ ਜਾਊਂਗਾ ਗੋਆ ਤੇਰੇ ਜੀਜੇ ਦੇ ਆ ਡੰਗਰ ਪੰਜਾਹ ਸਾਲੀਏ ਗੋਆ ਤੇਰਾ ਜੀਜੇ ਦਾ ਆ ਡੰਗਰ ਆ ਕੀ ਡੰਗਰ ਓਏ बूट रखे ਚੱਪੜ ਤਰੱਕੇ ਕਰੀ ਪੈਰੀ ਪਾਉਣ ਨੂੰ ਡੰਡਾ ਰੱਖਿਆ ਤੇਰੇ ਵਰਗੇ ਤੇ ਬਾਹਣ ਨੂੰ ਆ ਕਿਹੜਾ ਗਾਣਾ ਬੋਲਣ ਦੀ ਆ ਮੈਂ ਥਾਲੇ ਨਾਸਾ ਜੀ ਨੂੰ ਸੋਟੀ ਤੋਂ ਦੇਣੀ ਤੇਰੇ ਹੋਰ ਕੋਈ ਗਾਣਾ ਸੁਣਾ ਕੋਈ ਗਾਣਾ ਨਹੀਂ ਚੰਗੀ ਤਰ੍ਹਾਂ ਯਾਦ ਕਰਕੇ ਆ ਜਿਹੜਾ ਸਹੀ ਸਿੰਗਰ ਹੋਵੇ ਨਾ ਉਹਦੇ ਮੁੱਛਾ ਕੁੰਨੀ ਆ ਜਾਈਦੀ ਆ ਐਂ ਕਰਦੇ ਜਨਾਬ ਇਹ ਖਾਣਾ ਵਾਲਾ ਕੀ ਕਰਦੇ ਆ ਤੂੰ ਗਾਣਾ ਸੁਣਾ ਹਾਂ ਅਗਲਾ ਗਾਣਾ ਜਨਾਬ ਜੀ ਪਹਿਲਾਂ ਪੂਰਾ ਬੋਲਿਆ ਨਹੀਂ ਅਗਲਾ ਗਾਣਾ ਪਹਿਲਾਂ ਹੀ ਆ ਗਿਆ ਓਏ ਗਾਣਾ ਸੁਣਾ ਪੱਟੀਆਂ ਜਰਾ ਬਹਦਰੇ ਪੈਰਾਂ ਵਿੱਚ ਛਾਂਜਰਾ ਤੁਰੀ ਫਿਰਦੀਆਂ ਨਹੀਂ ਤੂੰ ਡੰਗਰਾਂ ਦੇ ਵਾਂਗਰਾ ਵਾਲ ਖਲਾਰੇ ਜਿਵੇਂ ਖਿਲਰੀ ਪਰਾਲੀ ਆ ਗੁੱਸਾ ਨਾ ਕਰੀ ਨਹੀਂ ਤੈਨੂੰ ਸੁੱਕੀ ਪਾਥੀ ਮਾਰੀ ਆ ਓਏ ਆ ਕਿਦਾਂ ਦੇ ਗਾਣੇ ਬੋਲਣ ਦੀ ਆ ਤੇਰੀ ਪੇਮੈਂਟ ਸਾਲੇ ਸਹੀ ਮਰੀ ਆ ਆਹ ਕੋਈ ਪੇਮੈਂਟ ਨਹੀਂ ਦੇਣੀ ਇਹਨੂੰ ਪਾਉ ਗਾਣੇ ਸਹੀ ਕੀਤੀ ਲਾਸਟ ਗਾਣਾ ਹਾਂ ਮੈਂ ਆਪ ਲਿਖਿਆ ਹਾਂ ਇਹਦੇ ਨਾਲ ਕਿਹਦੇ ਨੇ ਆ ਸੁਣਾ ਓਏ ਹੋਏ ਹੋਏ ਇਹਦੇ ਨਾਲ ਲਿਖਾਈ ਓਏ ਇਹਦੇ ਨਾਲ ਲਿਖਾਈ ਮਾ ਜਨਾਬ ਜੀ ਮੈਨੂੰ ਕੁੱਕ ਪਾ ਦੇਣੀ ਸੁਣਾ ਜਨਾਬ ਜੀ ਤੇਰਾ ਜੀਜਾ ਓਹਦੀ ਸਾਲੀ ਤੇਰੀ ਕੀ ਲੱਗੀ ਓਏ ਮੇਰਾ ਜੀਜਾ ਓਹਦੀ ਸਾਲੀ ਮੇਰੀ ਭੈਣ ਸਾਡੀ ਕਿੱਥੇ ਡਿਊਟੀ ਰਾਤ ਹੀ ਮੇਰੀ ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਦੀਆਂ ਚਵੜਾਂ ਆਉਂਦੀਆਂ ਬਾਹਰ ਲੋਕੀ ਗਾਣਾ ਕੱਢਦੇ ਆ ਆਪਸ ਵਿੱਚ ਇੱਥੇ ਆ ਕੇ ਫੈਸਲਾ ਕਰਦੇ ਆ ਜਨਾਬ ਉਹਨੂੰ ਤਾਂ ਮੈਂ ਛੱਡ ਆਇਆ ਜੋ ਇੱਧਰ ਵੀ ਫੋਨ ਆ ਗਿਆ ਤਾਂ ਆ ਕੁਰਸੀ ਇੱਥੇ ਰੱਖੀ ਜਿੱਥੇ ਆ ਗਈ ਇੱਧਰ ਆ ਜਾਓ ਹਾਂ ਸਾਹਿਬ ਜੀ ਠੀਕ ਹੈ ਸਾਹਿਬ ਜੀ ਹਾਂ ਮੈਂ ਆ ਗਿਆ ਠੀਕ ਹੈ ਗੱਡੀ ਕੱਢੋ ਠੀਕ ਆ ਜੀ ਕੁਰਸੀ ਲਾ ਕੇ ਘਰ ਵਾਲਾ ਮੇਰਾ ਗਵਾਚਾ ਘਰ ਵਾਲਾ ਹਾਂਜੀ ਘਰ ਵਾਲਾ ਹਾਂ ਗਵਾਚਾ ਕੀ ਨਾਂ ਉਹਦਾ ਨਾਮ ਆ ਸੁੱਖ ਨਾਲ ਬੀਰਾ ਸ਼ਰਾਬੀ ਤੂੰ ਵੀ ਸ਼ਰਾਬੀ ਕਹਿੰਦੀ ਵੀਰਾ ਆਪਾਂ ਚੰਗਾ ਫੜ ਲਿਆ ਸਾਲੇ ਨੇ ਥਾਂ ਥਾਂ ਰੱਟੇ ਪਾਏ ਆ ਪਹਿਲਾਂ ਉਹ ਆ ਗਿਆ ਸਿੰਗਲ ਹੁਣ ਇਹ ਆ ਗਈ ਆ ਵੀਰਾ ਤੇਰਾ ਕੀ ਲੱਗਦਾ ਘਰ ਵਾਲਾ ਦੱਸਿਆ ਤੂੰ ਘਰ ਵਾਲਾ ਹਾਂ ਕੀ ਤੇ ਗਈ ਮੈਂ ਤੈਨੂੰ ਦੱਸ ਬਸ ਸ਼ਰਾਬ ਪੀ ਕੇ ਨਾ ਗੜਬੜ ਜੀ ਕਰਦਾ ਵਾ ਗੜਬੜ ਕਰਦਾ ਆਹੋ ਵੀਰਾ ਹਾਂ ਉੱਚਾ ਨੀਵਾਂ ਬੋਲਦਾ ਵਾ ਆ ਖਿੜਕੀ 'ਚ ਵੇ ਵੀਰਾ ਹੀ ਆ ਵੇ ਪਿੱਛੋ ਗਈ ਨੀ ਮੈਂ ਮਰ ਗਈ ਇਹ ਤਾਂ ਖੁੜਾ ਮੇਰੇ ਵਾਲਾ ਹੀ ਆ ਰੰਡੀ ਹੋ ਜਾ ਦੋਵੇਂ ਪਾਸੇ ਆਪਣੇ ਤੀਰ ਤੂੰ ਘੱਸਦਾ ਕਰ
ਹੈ ਉਹਨੂੰ ਗਰੀਬ ਨੂੰ ਮਾਰ ਦੇ ਤੇ ਆ ਫੇਰ ਉਦਾਂ ਜੀ ਉਦਾਂ ਹਾਂ ਬੀਬੀ ਛੱਡਣਾ ਤਾਂ ਹੀ ਹੈ ਨਹੀਂ ਉਹਨੂੰ ਨਾ 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 ਥੰਦਰ ਸਾਹਿਬ ਅੱਜ ਮੈਂ ਲੈ ਕੇ ਜਾਣਾ ਅੱਜ ਕਰੋ ਕੋਈ ਮਸਲਾ ਹੱਲ ਜਨਾਬ ਲੱਗਾ ਜੋ ਕੰਮ ਭੰਨ ਥੰਦਰ ਸਾਹਿਬ ਮੈਂ ਵੱਡੇ ਸਰਦਾਰ ਨੂੰ ਫੋਨ ਲਾਉਣ ਲੱਗੀ ਹਾਂ ਫੋਨਾਂ 'ਚ ਨਹੀਂ ਗੱਲ ਪਾਣੀ ਫੋਨਾਂ 'ਚ ਨਹੀਂ ਛੱਡ ਦਿੰਦੀ ਇਹ ਫੋਨ 'ਤੇ ਨਹੀਂ ਛੱਡਦੇ ਓਹੋ ਜੇ ਤੁਸੀਂ ਕਹਿੰਦੇ ਇਹ ਫੋਨ ਤਾਂ ਨਹੀਂ ਨਾ ਕਰਨਾ ਤੇ ਫਿਰ ਮੈਂ ਇਸ ਫੋਨ ਤੋਂ ਕਰ ਲੈਂਦੀ ਹਾਂ ਸਰਕਾਰੀ ਫੋਨ ਇੱਥੇ ਬਹਿ ਮੈਂ ਕੀ ਗੱਲ ਕਰ ਬੀਬੀ ਕੀ ਗੱਲ ਹੈ ਹਾਂ ਦੱਸ ਅੱਜ ਮੈਂ ਇਹਨੂੰ ਲੈ ਕੇ ਜਾਣਾ ਲੈ ਕੇ ਜਾਣਾ ਹਾਂ ਠੀਕ ਹੈ ਲੈ ਜਾ ਫਿਰ ਹਾਂ ਮੈਂ ਇੱਕ ਵਾਰਨਿੰਗ ਦੇਤੀ ਹੈ ਬੀਬੀ ਇਹਨੂੰ ਛੱਡਤਾ ਦੇਣਾ ਮੈਂ ਪਰ ਤੂੰ ਇਹਨੂੰ ਸਮਝਾ ਦੇ ਵੀ ਕਿਸੇ ਨੂੰ ਗਾਲ ਨਹੀਂ ਕਰਨੀ ਕਿਸੇ ਨੂੰ ਕੀ ਕਹਿੰਦੇ ਮੁੰਡਾ ਚੰਗਾ ਨਹੀਂ ਬੋਲਣਾ ਤਾਂ ਸਿੱਧੀ ਗੱਲ ਵਾ ਜਨਾਬ ਤੁਸੀਂ ਦੱਸੋ ਕੀ ਕਰਾਂ ਯਾਰੀ ਮੇਰੀ ਗੱਲ ਹੋਈ ਤੇ ਫਿਰ ਕਹਿ ਹੀ ਦਿੱਤਾ ਉਹਨੇ ਜਾ ਅੰਦਰ ਜਨਾਬ ਜੀ ਪਤਾ ਕੀ ਆ ਉੱਥੇ ਮੇਰੀ ਅੱਧੀਆਂ ਗਾਲਾਂ ਰਹਿ ਗਈਆਂ ਮੈਂ ਉਹਨਾਂ ਨੂੰ ਕੱਢਣ ਦਿਆ ਫਿਰ ਜਨਾਬ ਜਿੰਨੀ ਜੁੱਤੀ ਤੁਸੀਂ ਫੇਰੀ ਆ ਨਾ ਕਦੇ ਖੋਤੇ ਨੂੰ ਫੇਰੀ ਹੁੰਦੀ ਨਾ ਉਹਨੂੰ ਉਹਨੇ ਵੀ ਸੁਧਰ ਜਾਣਾ ਸੀ ਪਰ ਮੈਂ ਨੀ ਸੁਧਰਨਾ ਗੱਲ ਕਰਨ ਜਾਵੀ ਇੱਕ ਤੁਸੀਂ ਇਹ ਜਿਹੜੇ ਬੰਦੇ ਸਿੱਧੇ ਕਰ ਦਿੱਤੇ ਤੂੰ ਥਾਣੇਦਾਰ ਨਾਲ ਕਿਦਾਂ ਗੱਲ ਕਰ ਲਈ ਮੈਂ ਕਹਿੰਦੀ ਵੈਸੇ ਕਰਨ ਦੀ ਆ ਤੁਸੀਂ ਸਿੱਧੇ ਬੰਦੇ ਕਰ ਦਿੱਤੇ ਆ ਤੇ ਮੇਰੀਆਂ ਗੱਲ ਮੰਨੋ ਵੇਖ ਆ ਤੁਹਾਡੇ ਪੁਲਿਸ ਵਾਲਿਆਂ ਦੀਆਂ ਮੁੱਛਾਂ ਸਿੱਧੀਆਂ ਕਰਦੇ ਹੋ ਹਾਂ ਨਹੀਂ ਦੇਖੋ ਇਹ ਸਾਡੇ ਫਿਰ ਥੋੜੇ ਸਰਦਾਰ ਆ ਜੀ ਸਾਡੇ ਜੱਜਦੇ ਹੀ ਇਦਾਂ ਤੂੰ ਆਪਣੇ ਵਾਲਾ ਅੱਛਾ ਅੱਛਾ ਵਾਲਾ ਲੱਗ ਕੇ ਨਿਕਲ ਉਹਦੇ ਛਲਾਵਾ ਨਾ ਦੇ ਚੱਲ ਚੰਗਾ ਚੱਲ ਸਤਿਕਾਰ ਜਾ ਪਾਣੀ ਹੈ ਦਿੱਤਾ ਕੁਝ ਨਹੀਂ ਕਦਾ ਫੇਰ ਆਉਂਗੀ ਹੈ ਭੇੜ ਜੀ ਤੇ ਚਲੀ ਜਾਂਦੀ ਹੈ ਜਾ ਜਾ ਲੱਗ ਜਾ ਨੂੰ ਆਪਾਂ ਇਹ ਫਿਲਮੀ ਸਟਾਈਲ ਨੂੰ ਜਲਦੀ ਸਲੂਟ ਮਾਰ ਕੇ ਜਾ ਜਾਓ ਚਲ ਆ ਜਾਓ ਜਾਓ ਜਨਾਬ ਇਹਨਾਂ ਨੇ ਤੇ ਸ਼ੇਰ ਹੀ ਖਾ ਲਿਆ ਆ ਸ਼ੁਕਰ ਆ ਗਲੋਂ ਲੱਥੇ ਸਹੀ ਕਿਹਾ ਸ਼ੇਰ ਖਾ ਲਿਆ ਅੱਛਾ ਇਦਾਂ ਕਰੋ ਉਹ ਗੱਡੀ ਕੱਢੋ ਤੇ ਚੱਲੀ ਆ ਪਰਾਉਣ ਕੇ ਉਹ ਜਨਾਬ ਗੱਡੀ 'ਚ ਤੇਲ ਹੈ ਨਹੀਂਗਾ ਤੇਲ ਮੁੱਕ ਗਿਆ ਸੀ ਨਾ ਇੱਕ ਜਨਾਬ ਹੋਰ ਗੱਲ ਸੁਣ ਲਓ ਜਿੱਦਾਂ ਤੁਸੀਂ ਫ੍ਰੀ ਛੱਡੀ ਜਾਂਦੇ ਜੋ ਤੇਲ ਪਾਈਏ ਕਿੱਥੋਂ ਇੱਕ ਮਿੰਟ ਖੜ ਗਿਆ ਕੋਈ ਜਨਾਬ ਗਲਤੀ ਹੋ ਗਈ ਕੀ ਹੋ ਗਿਆ ਦੋ ਮਿੰਟ ਚੁੱਪ ਰਹਿ ਪੁੱਤ ਜਨਾਬ ਹੈਲੋ ਹਾਂਜੀ ਸਾਹਿਬ ਜੀ ਬੁਲਟ ਲੱਗਾ ਚੱਲੇ ਉਹ ਤੇਲ ਹੈਗਾ ਕਿ ਨਹੀਂ ਹੈਗਾ ਚਲੋ ਫਿਰ ਚੱਲੀਏ ਰੋਡ ਤੇ Thank you.
मैं नहीं दसना, बस मैं नहीं दसना। उन्हें कुछ दसा तेन मैं देखा तू कुछ कह गया तेन हाँ हाँ की क्या मैं दसना नहीं मैं अफसर बड़ा कड़क सुभा हाँ। फिर भी मैं तेरे ठंडे सुभा ना गल कर रहा आया आया तेन कुछ किया ने क्या 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 मैं उसे देखा हाँ 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 की क्या मैं दसो देख मेरी गल सुन हाँ। थोड़ा जा हाँ। उन्हें तेन कुछ किया हाँ क्या 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 हाँ। हाँ। की किया मैं नहीं दसना मैं फड़ी आप साला मैं नहीं दसना हाँ साला मैं नहीं दसना मैं देखा फिर आया तेरे को तेन फिर कुछ किया की किया मेरी गल सुन उन्हें तेन कुछ किया हूं क्या कुछ ये दस दे की किया छेती कर दे ओ जनाब जे थाने च कोई नहीं आ रहा ते बस कद ना लो सुस्ती पाई जो ते तुही केड़ी मैनू चाह पियाई है चाह कही देगी चानू गुस्सा बड़ा मैनू जब तुही मुलाजम ने ना हुंदे मेरे दस वे ओ आ गया आजा आजा आ गई चाह जनाब पियो जनाब सत श्री अकाल ओ सत श्री अकाल ठीक है भरावा चाह हेलो जी मेरी फिक्की है हां जी मेरी फिक्की चाहिदी फिक्की ए फिक्की है जी नहीं नहीं मैं इदा नहीं मैं नहीं फिक्की आ मिठी पीनी पवे पीनी जनाब पंचायत आई पढ़ाई किधर आ गए ग्रांड 8 लाख रुपए दी ठीक है जी 8 लाख रुपए की ग्रांट आई है ते ओ आपां लाउणी आ पिंड दे विकास कार्जां वास्ते लाओ लाओ हां जी ते आपां कह रहे सां भी आपां बनाउणा वा पिंड दा शमशान घाट ओदी हालत बहुत खस्ता आ ना दे उत्थे बहण खलोण नूं जगह हैगी किते कोई जांदा जदों लै के जाईदा किसे नूं ते ना ही उत्थे पाणी दी सुविधा हैगी कोई पाणी हां जी इक मिंट ओ पाणी च चेता आया भाई ओ अपना वाटर कूलर पाणी हैगा भरिया ओ गया जी मुंडा भरन ओए आ गए नूं पाणी पूरी पुछा करो लाइब्रेरी बनानी पढ़ना लिखना विकास करना वा अपने देश का शमशान घर बंद है उम्र हुई अगले पास जाने जगह ना मिली फिर जनाब बुजुर्ग पता नहीं कदों मर जाना इन्हां दा असीं ते पढ़ना लिखना है सानू लाइब्रेरी दी जरूरत है शाबाश तेरे कल्ले बुजुर्ग नहीं फुड़क जे मुंडे भी फुड़क जा जांदे आ पता कोई नहीं केड़े वेले कहने कने की हो जाना हां मेरे कहन दा भाव कोई पढ़ू लिखूगा कोई डॉक्टर बन जू कोई वकील बन जूगा नहीं पढ़ लिख के तुहाडा की मतलब ही तानू एहो जी कुर्सी मिल जूगी मेरी बिल्कुल मेरी नौकरी दा खतरा है मतलब कहंदे पाऊंगा बिल्कुल
ਜਨਾਬ ਕਹਿੰਦਾ ਕਾਰਡ ਬਣਾਓ ਤੁਸੀਂ ਚਲੋ ਕੋਈ ਗੱਲ ਨਹੀਂ ਜੀ ਨਾ ਜਨਾਬ ਇਹਦੇ ਕਹਿਣ ਦਾ ਮਤਲਬ ਆ ਵੀ ਕੋਈ ਵਕੀਲ ਲੱਗ ਜੂ ਕੋਈ ਡਾਕਟਰ ਲੱਗ ਜੂ ਤੁਹਾਡੇ ਵਰਗੇ ਥਾਣੇਦਾਰ ਕਿੰਨੇ ਬੰਨ ਲਾਇਬ੍ਰੇਰੀ ਖੋਲਣ ਜੋ ਮਹਾਰਾਜ ਬੇਨਤੀ ਹੈ ਤੁਹਾਡੇ ਅੱਗੇ ਪਿੰਡ ਦੇ ਮੈਂ ਪੰਚਾਇਤ ਮੈਂਬਰ ਹੋਰ ਵੀ ਲੈ ਕੇ ਆਇਆ ਮੈਂ ਸਾਰੇ ਅੰਦਰ ਲੈ ਕੇ ਨਹੀਂ ਆਇਆ ਨਾਲ ਮੇਰੇ ਗਾੜੀ ਬੇਨਤੀ ਨਹੀਂ ਮੈਂ ਤੇ ਤਰਲਿਆਂ ਦੇ ਘੜਾਉਣਾ ਤਰਲੇ ਕੱਢੋ ਕਰਨਾ ਹੀ ਆ ਤੁਹਾਡੇ ਗਾੜੀ ਹਾਂ ਬਸ ਬੇਨਤੀਆਂ ਨਹੀਂ ਮੈਂ ਸੁਣ ਜਾਂਦਾ ਸਾਨੂੰ ਸਾਡੇ ਸ਼ਮਸ਼ਾਨ ਘਾਟ ਦਾ ਵਿਕਾਸ ਕਰਾ ਦਿਓ ਠੀਕ ਹੈ ਜਨਾਬ ਗੱਲ ਇੱਦਾਂ ਵਾ ਅੱਧੇ ਜਾਣੇ ਕਹਿੰਦੇ ਸ਼ਮਸ਼ਾਨ ਘਾਟ ਬਣਾਉਣਾ ਵਾ ਬਾਕੀ ਕਹਿੰਦੇ ਲਾਇਬ੍ਰੇਰੀ ਬਣਾਉਣੀ ਆ ਇਹ ਹੁਣ ਤੁਸੀਂ ਫੈਸਲਾ ਕਰੋ ਕੀ ਹੋਣਾ ਚਾਹੀਦਾ ਜਨਾਬ ਪਹਿਲਾਂ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਸ਼ਮਸ਼ਾਨ ਘਾਟ ਬਣਾਉਣਾ ਚਾਹੀਦਾ ਦੱਸੋ ਜੀ ਮੁੰਡੇ ਕੀ ਬਣਾਉਣਾ ਪਹਿਲਾਂ ਲਾਇਬ੍ਰੇਰੀ ਦੀ ਜ਼ਰੂਰਤ ਹੈ ਸ਼ਮਸ਼ਾਨ ਘਾਟ ਬਣਾਉਣਾ ਚਾਹੀਦਾ ਜੀ ਲਾਇਬ੍ਰੇਰੀ ਇੱਕ ਮਿੰਟ ਰੁਕ ਛੋੜੋ ਇਹ ਖਪਾਈਆ ਸ਼ਮਸ਼ਾਨ ਘਾਟ ਲਾਇਬ੍ਰੇਰੀ ਸ਼ਮਸ਼ਾਨ ਘਾਟ ਲਾਇਬ੍ਰੇਰੀ ਓਏ ਗਾ ਸੁਣ ਹਾਂਜੀ ਤੂੰ ਆ ਪਾਰਟੀ ਨੂੰ ਪਰੇ ਲੈ ਕੇ ਗੱਲ ਕਰ ਠੀਕ ਹੈ ਜੀ ਤੂੰ ਗਾ ਸੁਣ ਓਏ ਤੂੰ ਆ ਪਾਰਟੀ ਨੂੰ ਲੈ ਕੇ ਪਰੇ ਗੱਲ ਕਰ ਇਹ ਕੋ ਗੱਲ ਹੀ ਹੋਣੀ ਤੂੰ ਪਰੇ ਹੋ ਤੂੰ ਦੋਵਾਂ ਪਾਰਟੀਆਂ ਨਾਲ ਗੱਲ ਕਰ ਜਾ ਕੇ ਚਲੋ ਉਹ ਪਿੱਛੇ ਚਲੋ ਸਾਈਡ ਤੇ ਚਲੋ ਜਾਓ ਜੋ ਸ਼ਮਸ਼ਾਨ ਘਾਟ ਬਣਾਉਣਾ ਆਓ ਤੁਸੀਂ ਕਰ ਲਓ ਗੱਲ ਜਿੱਥੇ ਪੀਣ ਦਾ ਮੌਕਾ ਮਿਲ ਜਾ ਗੱਲਾਂ ਨਾ ਕਰ ਪਊ ਲੈ ਕੇ ਜਾ ਚੁੱਕਲਾ ਕੋਈ ਗੱਲ ਨੀ ਗਰਮ ਕਰਾ ਲੈ ਵਧੀਆ ਬਣਾਉਣੀ ਅੰਗਲ ਨੀ ਪਾਉਣੀ ਚੰਗਾ ਮੈਂ ਕੋਈ ਗੱਲ ਨੀ ਕੋਈ ਗੱਲ ਅੰਗਲ ਵਾਲੀ ਰੋਡ ਦੀ ਨਵੀਂ ਲਿਆਈ ਚੰਗਾ ਜੀ ਜਾਓ ਉਹ ਗੱਲ ਕਰੋ ਪੰਚਾਇਤ ਨੂੰ ਜਾ ਕੇ ਚਲ ਤੂੰ ਵੀ ਚੱਲ ਜਾ ਮੇਰੇ ਉੱਤੇ ਚੜ ਕੇ ਖਲੋਤਾ ਜਨਾਬ ਉਹਨਾਂ ਦਿੱਤਾ ਤੋਰ ਮੈਂ ਪਿੰਡ ਜਾਓ ਤੇ ਸਲਾਹ ਕਰਕੇ ਆਓ ਠੀਕ ਹੈ ਤੇ ਦੱਸੋ ਨਜ਼ਰ ਕੀ ਕਰੀਏ ਆਪਾਂ ਚਾਹ ਮਗਾ ਜਿਹੜੀ ਚਾਹ ਮਗਾਵਾਂ ਮਗਾ ਯਾਰ ਚਾਹ ਨਹੀਂ ਮੈਂ ਜਾਂਦਾ ਕਹਿ ਕੇ ਆਉਂਦਾ ਨਾ ਚੰਨ ਆਉਂਦਾ ਨਾ ਹਾਂ ਕਹਿ ਗਿਆ ਜਨਾਬ ਉਹ ਆ ਗਿਆ ਹਾਂ ਬੜਾ 8 ਲੱਖ ਰੁਪਈਆ ਹਾਂਜੀ ਜਨਾਬ ਆ ਗਿਆ ਜੀ ਆਓ ਲਿਆ 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 ਆ ਚਾਹ ਲਓ ਜੀ ਫਿੱਕੀ ਕਿਹੜੀ ਆ ਫਿੱਕੀ ਇਹੋ ਜਿਹੀ ਆ ਨਾ ਚੱਕ ਨਹੀਂ ਨਹੀਂ ਚੱਕੀ ਆ ਚੱਕੀ ਆ ਆ ਫਿੱਕੀ ਆ ਠੀਕ ਹੈ ਨਾ ਜੀ ਹਾਂ ਠੀਕ ਆ ਲਓ ਵੀ ਮੁੰਡਿਓ ਪੀਓ ਚਾਹ ਚੱਕੋ ਫਿਰ ਜਨਾਬ ਨੀ ਮਰ ਗਿਆ ਜਨਾਬ ਜੂਦਾ ਮੈਂ ਤੈਨੂੰ ਦੱਸਾਂ ਕਿੱਥੇ ਸਿਰ ਪੜਵਾਈ ਉਹ ਜਨਾਬ ਮੈਂ ਜੱਗੇ ਦੇ ਕੁੱਤੇ ਦੇ ਮਾਰਤਾ ਰੋੜਾ ਅੱਛਾ ਉਹਨੇ ਮਾਰਤਾ ਮੇਰੇ ਸਿਰ ਚ ਡੰਡਾ ਕੁੱਤੇ ਨੇ ਨਹੀਂ ਜੀ ਜੱਗੇ ਨੇ ਮੇਰਾ ਸਿਰ ਪਾੜਤਾ ਜੀ ਜੱਗਾ ਕੌਣ ਰਾਜੂ ਦਾ ਭਰਾ ਵਾ ਜੀ ਰਾਜੂ ਦਾ ਭਰਾ ਇਹ ਰਾਜੂ ਕੌਣ ਹੈ ਇਹ ਜੀ ਤਰਸੇਮ ਸਿੰਘ ਦਾ ਸਾਲਾ ਵਾ ਜੀ ਉਹ ਤਰਸੇਮ ਸਿੰਘ ਦਾ ਸਾਲਾ ਤੇ ਭਾਈ ਤਰਸੇਮ ਸਿੰਘ ਕੌਣ ਹੈ ਇਹ ਜੀ ਉਹ ਦਿਆਲ ਸਿੰਘ ਦਾ ਪੋਤਾ ਵਾ ਜੀ ਆਹੋ ਦਿਆਲ ਸਿੰਘ ਦਾ ਪੋਤਾ ਆ ਬਾਦਰ ਰੋਕੋ ਇਹ ਸਾਰਾ ਪਿੰਡ ਬਣਾਉਣ ਨੂੰ ਫਿਰਦਾ ਤੂੰ ਥਾੜਾ ਸਾਰਾ ਪਿੰਡ ਅੰਦਰ ਕਰਾਉਣ ਨੂੰ ਫਿਰਨ ਡਿਆ ਓਏ ਹੈ ਦਿਆਲ ਸਿੰਘ ਕੌਣ ਆ ਇਹ ਦਿਆਲ ਸਿੰਘ ਜੀ ਉਹ ਹਰਜਿੰਦਰ ਦਾ ਮਾਮਾ ਵਾ ਜੀ ਹਰਜਿੰਦਰ ਕੌਣ ਆ ਹਰਜਿੰਦਰ ਸਿੰਘ ਜੀ ਉਹ ਤਾਂ ਭਾਨਾ ਨਹੀਂ ਆਪਣਾ ਉਹਦਾ ਚਾਚਾ ਵਾ ਅੱਛਾ ਉਹ ਸਾਲਿਆ ਭਾਨਾ ਕੌਣ ਆ ਬਲਕਾਰ ਸਿੰਘ ਨੇ ਜੀ ਆਪਣਾ ਉਹ ਬਲਕਾਰ ਸਿੰਘ ਕੌਣ ਆ ਉਹ ਆਪਣਾ ਚੰਗਿਆਲਾ ਸਿੰਘ ਹੌਲਦਾਰ ਨਹੀਂ ਜੀ ਆ ਸਾਡਾ ਹਾਂਜੀ ਹਾਂ ਉਹਦਾ ਸਾਲਾ ਵਾ ਜੀ ਜਨਾਬ ਇਹ ਤਾਂ ਥਾਣੇ ਅੰਦਰ ਕਰਾਉਣ ਫਿਰਦਾ ਗੱਲ ਸੁਣ ਮੇਰੀ ਹੈ ਤੂੰ ਚੁੱਪ ਕਰਕੇ ਜੇ ਰਾਊਟਰ ਲਿਖਾ ਤੈਨੂੰ ਦੱਸਾਂ ਤੂੰ ਸਾਰੇ ਧੱਕੀ ਜਾਣਾ ਅੰਦਰ ਪਿੰਡ ਅੰਦਰ ਥਾਣਾ ਅੰਦਰ ਉਹ ਕੀ ਮਤਲਬ ਤੇਰਾ ਵਾ ਉਹ ਜਨਾਬ ਉਹ ਮੈਨੂੰ ਨਹੀਂ ਪਤਾ ਉਹ ਜਿੱਥੇ ਵੀ ਮਿਲਦਾ ਉਹਨੂੰ ਫੜ ਕੇ ਉੱਤੇ ਛੱਬੀ ਬਣਾਓ ਜੀ ਬਸ ਛੱਬੀ ਕੋਈ ਬਣਾਉਣਾ ਕਿ ਛੱਬੀ ਤਾਂ ਤੂੰ ਚੱਲ ਨਹੀਂ ਜਨਾਬ ਇਦਾਂ ਨਾ ਕਰੋ ਬਣ ਜੂਗੀ ਛੱਬੀ ਮੈਂ ਨਾ ਯਾ ਚਾਹ ਪਾਣੀ ਲਓ ਉਹ ਤੇ ਛੱਬੀ ਬਣਾਉ ਓਏ ਗਾਸਣ ਮੇਰੀ ਛੱਬੀ ਬਣ ਜੂਗੀ ਤੇ ਮੈਂ ਕਹਿ ਤਾ ਜਦੋਂ ਨਹੀਂ ਨਹੀਂ ਬਸ ਉਹ ਮੇਰੀ ਗਾਸਣ ਉਹ ਚੱਲ ਉਹ ਛੱਬੀ ਆ ਦੇਖ ਲੈ ਮੁੜ ਕੇ ਕਹਿਣਾ ਪੁਲਿਸ ਪੈਸੇ ਲੈਂਦੀ ਆ ਛੱਬੀ ਦੇ ਸਾਲੇ ਦੇ ਪਹਿਲਾਂ ਬਣ ਰਹੀ ਹੈ ਛੱਬੀ ਦੇ ਬਣਾ ਹੀ ਦੇਣੀ ਸੀ ਸਿਰ ਇਹਦਾ ਵੀ ਪਾਟਾ ਤੇ ਛੱਬੀ ਤਾਂ ਉਹਨਾਂ ਦੇ ਬਣਾ ਹੀ ਦੇਣੀ ਇਹਨੇ ਆ ਕਾਇਦਾ ਕਰ ਪਰ ਜਿੱਥੇ ਪਿੱਛੇ ਗੋਲਕ ਲਾਈ ਨੇ ਆਪਾਂ ਜਿਹੜੀ ਹਾਂਜੀ ਹਾਂਜੀ ਭਈ ਅੱਜ ਜਿੱਥੇ ਆਪਾਂ ਗਰੀਬ ਧੀਆਂ ਦੇ ਵਿਆਹ ਵਾਸਤੇ ਪੈਸੇ ਜੋੜਦੇ ਹਾਂ ਹਾਂਜੀ ਹਾਂਜੀ ਇਹ ਸਾਰੇ ਪੈਸੇ ਉਹ 'ਚ ਪਾ ਜੇ ਇਹ ਧੀ ਦਾ ਵਿਆਹ ਹੀ ਹੋ ਜੂ ਠੀਕ ਹੈ ਜੀ ਪਾ ਦੂੰਗਾ ਠੀਕ ਹੈ ਫੜ ਚਾਹ ਪੀ ਚਾਹ ਜਨਾਬ ਠੰਡੀ ਹੋ ਗਈ ਦੂਜੀ ਨਾ ਮੰਗਾ ਲਈਏ ਗਰਮ ਜੀ ਮੰਗਾ ਲਓ ਯਾਰ ਚਾਹ ਠੰਡੀ ਕਰਕੇ ਰੱਖੀ ਯਾਰ ਤੂੰ ਆਪ ਜਾ ਉੱਥੇ ਜਿ ਲੈ ਕੇ ਜਾ ਚਾਹ ਉਹ ਇੱਧਰ ਕਿਤੇ ਚਾਹ ਦੇਣ ਗਿਆ ਸੀ ਉਹ ਜਾ ਤੂੰ ਉੱਥੇ ਜਮਾ ਕਰ ਦਿਆ ਗਿਆ ਆਪ ਦਿਆ ਉੱਥੇ ਜਾ ਉਹ ਕੇ ਗਰਮ ਕਰਕੇ ਚੰਗੀ ਤਰ੍ਹਾਂ ਭੇਜੀ ਓਏ ਉਹ ਕੋ ਬਕਿਆ ਅੰਦਰ ਕਿ ਨਹੀਂ ਜਨਾਬ ਉਹ ਨਹੀਂ ਕੁਛ ਬਗਦਾ ਜੀ ਠੀਕ ਹੈ ਖਲੋ ਜਾ ਮੈਂ ਸ਼ੂਟਰ ਕਰਦਾ ਹੁਣ ਅੰਦਰ ਜਾ ਆ ਜਾ ਚਾਹ ਮੰਗਾ ਕਈ ਆ ਚਾਹ ਜੀ ਗਰਮ ਜੀ ਮੈਂ ਪਿਆ ਚਾਨਣ ਨੂੰ ਇਤਰੀ ਕੇ ਆਵੇਂ ਆ ਲਿਖ ਲੈ ਨਾ ਜੀ ਸਾਰੇ ਲਓ ਜਨਾਬ ਚਾਹ ਉਹ ਲਓ ਜੀ ਜਨਾਬ ਗਰਮ ਗਰਮ ਹੋ ਗਰਮ ਚਾਹ ਆ ਲਓ ਮੈਂ ਵੀ ਬੜਾ ਗਰਮੀ ਆਉਂਦੇ ਕੁੱਟ ਕੇ ਆਈ ਇੱਕ ਅੰਦਰ ਮੈਂ
ਹੋਰ ਤੇਰੇ ਕੋ ਕੀ ਹੈਗਾ ਇਹੋ ਕੁਝ ਆ ਕੇ ਓਏ ਤਮੀਜ਼ ਨਾ ਕੂਆ ਮੈਂ ਤੈਨੂੰ ਦੱਸਾਂਗਾ ਸੁਣ ਮੇਰੀ ਕਲੀ ਚ ਵੈਸੇ ਗੱਲ ਕੀਤੀ ਕਲੀ ਚਾਹ ਪਿਓ ਨਾ ਕੁਝ ਨਾਲ ਖਾਣ ਨੂੰ ਵੀ ਲਿਆ ਜਾ ਕਰ ਜਨਾਬ ਖਾਣ ਨੂੰ ਕੀ ਲਈਏ ਗੋਇਆ ਲਈਏ ਹਾਂ ਗੋਇਆ ਲਈਏ ਓਏ ਕੀ ਨਹੀਂ ਮੈਂ ਕਹਿੰਦਾ ਉਹ ਪੋਆ ਲਈਏ ਪੋਪੂਆ ਪੋਪੂਆ ਖਾਣ ਵਾਲਾ ਹਾਂਜੀ ਹਾਂ ਕਹਿੰਦਾ ਪੁਲਸ ਨਾਲ ਟੀਚਰ ਕਰਦਾ ਉਹ ਲਈਏ ਨਹੀਂ ਨਹੀਂ ਲੋੜ ਦੀ ਚਾਹ ਪੀ ਲਾਂਗੇ ਜਾ ਚੰਗਾ ਜਨਾਬ ਲੈ ਮੁੰਡੇ ਚਾਹ ਪੀਓ ਫੜੋ ਜਨਾਬ ਇੱਕ ਮਿੰਟ ਉਹ ਨਾ ਅੱਜ ਉਹਨਾਂ ਦਾ ਟਾਈਮ ਆ ਗ੍ਰਾਂਟ ਲੈ ਕੇ ਪਿੰਡ ਦੀ ਤੁਹਾਡੇ ਕੋਲ ਜਮਾ ਦੇਣੀ ਕਰਵਾ ਹਾਂਜੀ ਏਦਾਂ ਨੀ ਜਮਾ ਹੋਣੀ ਜੀ ਲਾਇਬ੍ਰੇਰੀ ਦੱਸਣ ਪੰਜਾਬੀ ਨਹੀਂ ਜੀ ਸਾਨੂੰ ਮਨਜ਼ੂਰ ਹੈ ਜੀ 8 ਲੱਖ ਤੁਸੀਂ ਅੱਜ ਕਰ ਲਓ ਜਮਾਂ ਜਦੋਂ ਸਾਡਾ ਹੋ ਜਾਊਗਾ ਫੈਸਲਾ ਸਾਨੂੰ ਦੇ ਦਿਓ ਮਹੀਨੇ ਦੀ ਮੌਲਤ ਜਦੋਂ ਸਾਡਾ ਫੈਸਲਾ ਹੋ ਗਿਆ ਅਸੀਂ ਤੁਹਾਨੂੰ ਆਣ ਕੇ ਦੱਸ ਦਾਂਗੇ ਫਿਰ ਸਾਰਾ ਪੁੱਛ ਲਓ ਜੀ ਮਨਜ਼ੂਰ ਸਾਰਿਆਂ ਇੱਕ ਵਾਰੀ ਪੂਰਾ ਪਿੰਡ ਮੰਨ ਜੇ ਇੱਕ ਗੱਲ ਦੱਸੋ ਵੀ ਅਸੀਂ ਤੁਹਾਡੇ ਨੌਕਰ ਹਾਂ ਨਾ ਨਾ ਜੀ ਜਨਾਬ ਨਹੀਂ ਆ ਪੈਸੇ ਮੈਂ ਇੱਥੇ ਰੱਖ ਕੇ ਜਮਾਂ ਕਰਾਂ ਜਾਂ ਚੰਗੀ ਬਿਪਤਾ ਪਾਈ ਜਾਂਦੇ ਤੁਸੀਂ ਸਾਡੇ ਤੇ ਜਮਾਂ ਕਿਸ ਤਰ੍ਹਾਂ ਹੀ ਕਿਹਦੇ ਕੋਲ ਜਨਾਬ ਤੁਹਾਡੇ ਕੋਲ ਜਮਾਂ ਕਰਾ ਸਕਦੇ ਤੁਹਾਡੇ ਤੇ ਵਿਸ਼ਵਾਸ ਹੈ ਸਾਨੂੰ ਠੀਕ ਹੈ ਤੂੰ ਦੱਸ ਕੀ ਗੱਲ ਲੱਗਾ ਸਾਡਾ ਇਹ ਮਤਲਬ ਸੀ ਕਿ ਜਿਹੜੀ ਮਨੀ ਆ ਤੁਹਾਡੇ ਕੋਲ ਸੇਫ ਰਹੂਗੀ ਉਹ ਸਾਨੂੰ ਵੇਖ ਵੀ ਲੈਂਦੇ ਵੀ ਹੈਗੇ ਵੀ ਕਿ ਨਹੀਂ ਜਨਾਬ ਇਹ ਤੁਹਾਡੇ ਤੇ ਲੱਗਦਾ ਜ਼ਿਆਦਾ ਇਤਵਾਰ ਕਰਦੇ ਆ ਜਨਾਬ ਨਾ ਬੜਾ ਮੇਰਾ ਜਨਾਬ ਆਪੀ ਵੇਖ ਲਓ ਜੀ ਮੇਰਾ ਬੜਾ ਜੀ ਹੰਦੀ ਵਾਲੇ ਜੀ ਸਾਰੀਆਂ ਦਸੀਆਂ ਹੀ ਆ ਠੀਕ ਆ ਜੀ ਹਾਂ ਜੀ ਜਨਾਬ ਇਹ 8 ਲੱਖ ਪੂਰਾ ਜੀ ਬਸ ਪੂਰਾ ਹੀ ਇਹ ਗਿਣ ਲੈਣਾ ਇੱਕ ਲੋ ਜੋ ਇੱਕ ਮਿੰਟ ਜਨਾਬ ਹੋਰ ਕਿਹਦੇ ਪੈਸੇ ਜਮਾ ਕਰਦੇ ਨੇ ਤੁਹਾਡੇ ਹੀ ਕਰਨਗੇ ਅੱਜ ਹਾਂ 8 ਪੂਰੀਆਂ ਆਪਾਂ ਲਿਆ ਵਾ ਪਿੰਡ ਕੋਲ ਇੱਕ ਮਹੀਨੇ ਦਾ ਟਾਈਮ ਤੇ ਜਦੋਂ ਆਪਣੀ ਸਲਾਹ ਹੋ ਗਈ ਸਾਰੀ ਪੱਕੀ ਆਪਾਂ ਤੁਹਾਨੂੰ ਦੱਸ ਦਾਂਗੇ ਆਪਾਂ ਜਿਹੜੀ ਗਰਾਂਟ ਹੈ ਜਿੱਥੇ ਵਰਤਣੀ ਉੱਥੇ ਵਰਤ ਲਾਂਗੇ ਠੀਕ ਹੈ ਜੀ ਠੀਕ ਹੈ ਜੇ ਬਚੂਗੇ ਥੋੜ੍ਹੇ ਜਿਹੇ ਥਾਣੇ 'ਚ ਵੀ ਦੇ ਦੂਜੇ ਹਾਂ ਜੀ ਜ਼ਰੂਰ ਜਨਾਬ ਜ਼ਰੂਰ ਜੇ ਬਚਣਗੇ ਤਾਂ ਆਪਾਂ ਜ਼ਰੂਰ ਸਾਰੇ ਪਿੰਡ ਵਾਸਤੇ ਆਏ ਚਲੋ ਉੜ ਜਾਓ ਉੜ ਜਾਓ ਜਾ ਕੇ ਸ਼ਮਸ਼ਾਨ ਘਰ ਬਣਾਇਓ ਜੋ ਮਰਜ਼ੀ ਬਣਾਇਓ ਲਾਇਬ੍ਰੇਰੀਆਂ ਬਣਾਇਓ ਆਪਣੀ ਤਿਆਰੀ ਗਾਛਣ ਮਾਰੇ ਗਾਛਣ ਨਾਲੇ ਤੂੰ ਸੁਣ ਕੇ ਜਾ ਪੀ ਜਾਓ ਪੀ ਜਾਓ ਹਾਂ ਜੀ ਜਨਾਬ ਹਾਂ ਜੀ ਹਾਂ ਜੀ ਸ਼ਮਸ਼ਾਨ ਘਾਟ ਬਣਾਉਣ ਹਾਂਜੀ 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 ਇਹ ਫੱਟੇ ਉੱਥੇ ਮਜ਼ਬੂਤ ਰੱਖੋ ਲੋਥਾਂ ਲਈ ਫਿਰਦਾ ਤੂੰ ਕਿਹੜੀਆਂ ਕਿਹੜੀਆਂ ਗ੍ਰਾਂਟ ਆ ਗਈ ਆ ਆਪਾਂ ਫੱਟੇ ਮਜ਼ਬੂਤ ਬਣਾਓ ਫੱਟੇ ਮਜ਼ਬੂਤ ਬਣਾਓ ਹੋ ਸਕੇ ਤੇ ਲੋਹੇ ਦੇ ਬਣਾ ਲਓ ਲੋਹੇ ਦੇ ਬਣਾ ਆ ਵੀ ਤੂੰ ਪਾਟਣ ਤੇ ਆਇਆ ਤੇ ਵਧੀਆ ਬਣਾਓ ਜਾ ਕੇ ਫੱਟੇ ਫੁੱਟੇ ਚਲੋ ਲੋਹੇ ਦੇ ਬਣਾਇਓ ਐਰ ਕੀ ਚਲੋ 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 ਆ ਟਰੰਕ 'ਚ ਰੱਖ ਪਿੱਛੇ ਠੀਕ ਹੈ ਜਨਾਬ ਇਹਦਾ ਵੀ ਕਰੀਏ ਫੇਰ ਆ ਪੀਓ ਚੰਨ ਹਾਂਜੀ ਸਰ ਯਾਰ ਚਾਹ ਠੰਡੀ ਦੇ ਗਿਆ ਸਰ ਨੂੰ ਉਹ ਜਨਾਬ ਮੈਂ ਤਾਂ ਗਰਮੀ ਦਿੰਦਾ ਤੁਸੀਂ ਪਤਾ ਨਹੀਂ ਕੀ ਕਰਦੇ ਰਹਿੰਦੇ ਹੋ ਲੈ ਗਰਮ ਕਰਕੇ ਲੈ ਆ ਯਾਰ ਲੈ ਲੈ ਜਾ ਹੋ ਸਕੇ ਨਾ ਛਿੱਕੇ ਦੇ ਵਿੱਚ ਕੋਲੇ ਰੱਖ ਲਾ ਇਹ ਜੀ ਬਹੁਤ ਦਿੰਦੇ ਜਨਾਬ ਆ ਪੈਸਿਆਂ ਦਾ ਕੀ ਕਰਾਂ ਰੱਖਾਂ ਤੂੰ ਟਰੰਕ 'ਚ ਰੱਖ ਦੇ ਤੇ ਕਿਸੇ ਦੀ ਡਿਊਟੀ ਲਾ ਦੇ ਉੱਤੇ ਜਾ ਨਿਗਰਾਨੀ ਰੱਖੇ ਉਹ ਆਪ ਹੀ ਦੱਸ ਦਿਓ ਜੀ ਡਿਊਟੀ ਕਿਹਦੀ ਲਾਈਏ ਮੈਂ ਬਾਈ ਤੇਰੇ ਟਰੰਕ ਕੋਲ ਪੁੱਤ ਆਓ ਬੈਠੋ ਨਹੀਂ ਅੱਛੀ ਬੈਠੋ ਬੇਟਾ ਅੱਛੇ ਬੈਠੋ ਗਲਤੀ ਹੋ ਗਈ ਸਰ ਤੁਸੀਂ ਬੈਠੋ ਗਲਤੀ ਹੋ ਗਈ ਸਰ ਨਹੀਂ ਬਹੁਤ ਜਨਾਬ ਛੱਡੋ ਛੱਡੋ ਜਨਾਬ ਮੈਂ ਲਾਉਣ ਛੇਣੀ ਲਾਉਣ ਤਾਂ ਕਰਕੇ ਬੁੰਦ ਰਹੀ ਤੇਰੇ ਜਿਆਦਾ ਦੰਦ ਨਿਕਲ ਜੇ ਮੈਂ ਤੈਨੂੰ ਦੱਸਾਂ ਸੋਰੀ ਜਨਾਬ ਮੈਂ ਚੱਲ ਗਿਆ ਜੀ ਇਹ ਪੁੱਤ ਮੈਂ ਦੰਦ ਭੰਨ ਵੀ ਦੇਣਾ ਨਾ ਇੱਧਰ ਆ ਕੇ ਪੜ ਉੱਤੇ ਆ ਗਾੜੀ ਪੜ ਕੀ ਲਿਖਿਆ ਥਾਣੇਦਾਰ ਦੀ ਚਿੰਤਾ ਹੀ ਖੋਲ ਵੀ ਦੇਣਾ ਨਾ ਫੜ ਕੇ ਮੈਂ ਹੁਣ ਮੇਰੇ ਤੇ ਨਿਗਰਾਨੀ ਰੱਖੀ ਆ ਜਿਹੜੇ ਅੰਦਰ ਦੋ ਬੰਦ ਜਨਾਬ ਡਿਊਟੀ ਲਾਇਆ ਮੈਂ ਲਾਏ ਚੰਗੇ ਆੜੇ ਦੀ ਹਾਂ ਮੈਂ ਬੰਦਾ ਜ਼ਿੰਮੇਵਾਰ ਆ ਉਹਦੀ ਡਿਊਟੀ ਲਾਤੀ ਆ ਚਾਹ ਕਿੱਥੇ ਆ ਚਾਹ ਮੈਂ ਕਹਿ ਦਿਆਂਗਾ ਚਾਹ ਨਹੀਂ ਨੀਗਾ ਨਹੀਂ ਆਇਆ ਜਨਾਬ ਬੜਾ ਲੇਟ ਆਉਂਦਾ ਵਾ ਯਾਰ ਟਾਈਮ ਨਾਲ ਚਾਹ ਤੇ ਲੈ ਗਿਆ ਕਰ ਆ ਲਓ ਜਨਾਬ ਓਏ ਹੋਏ ਹੁਣ ਤਾਂ ਰਿਕਾਰਡ ਤੋੜਤੇ ਯਾਰ ਮੈਂ ਕਿਹਾ ਸਾਰੇ ਦਾ ਲਾਮਾ ਲਾ ਜਲਦੀ ਕਰਮ ਨਾਲ ਤਿਆਰ ਕਰੋ ਠੀਕ ਹੈ ਜਨਾਬ ਇੱਥੋਂ ਤੱਕ ਆ ਦਿੱਕੀ ਆ ਕਰਦਾ ਚੈੱਕ ਨਹੀਂ ਚੈੱਕ ਹੀ ਆ ਕਾਕਾ ਪੀਓ ਚਾਹ ਜਨਾਬ ਮੇਰੇ ਇਮਾਨਦਾਰੀ ਬੜੀ ਚੜਦੀ ਵੈਸੇ ਵੀ ਕਿੰਨਾ ਵਿਸ਼ਵਾਸ ਕੀਤਾ ਤੁਹਾਡੇ ਉਹਨਾਂ ਇੱਕ ਮਿੰਟ ਪਊਗਾ ਦੱਸ ਕਿੱਧਰ ਆਇਆ ਜਨਾਬ ਜੀ ਮੇਰੇ ਘਰ ਵਾਲੀ ਨੇ ਮੈਨੂੰ ਕੁੱਟਿਆ ਪਿੱਛੇ ਹੋ ਕੇ ਖੜ ਯਾਰ ਤੂੰ ਗੱਲ ਕਹਿੰਦੇ ਛੇਤੇ ਚੜੀ ਜਾਣਾ ਹਾਂ ਮੇਰੀ ਘਰ ਵਾਲੀ ਨੇ ਮੈਨੂੰ ਕੁੱਟਿਆ ਹੌਲੀ ਬੋਲਾ ਮੈਂ ਜਨਾਬ ਨੂੰ ਉੱਚਾ ਸੁਣਦਾ ਨਾ ਘਰ ਵਾਲੀ ਲੈ ਕੇ ਆਪਣੀ ਜਾ ਉਹਨੂੰ ਵੀ ਪੁੱਛਾਂ ਕੁੱਟਿਆ ਕਿ ਨਹੀਂ ਕੁੱਟਿਆ ਜਾਂ ਲੈ ਕੇ ਆਪਣੀ ਘਰ ਵਾਲੀ ਫਿਰ ਗੱਲ ਕਰੀ
ਨਹੀਂ ਜਨਾਬ ਤੁਸੀਂ ਮੇਰਾ ਫੈਸਲਾ ਕਰਾਓ ਘਰਾਂ 'ਚ ਨਾ ਫੈਸਲਾ ਜਾ ਲੈ ਕੇ ਆਪਣੀ ਘਰ ਵਾਲੀ ਨੂੰ ਜੇ ਕਿਤੇ ਮੁਕਰ ਗਈ ਨਾ ਉਹ ਡੰਡਾ ਬੜਾ ਵਰਨਾ ਜੀ ਤੈਨੂੰ ਜਾ ਘਰ ਵਾਲੀ ਲੈ ਕੇ ਆਪਣੀ ਜਾ ਜਨਾਬ ਕਿਹੋ ਜਿਹੇ ਬੰਦੇ ਵੇਖੋ ਡੰਡਾ ਵਿਖਾਉਂਦੇ ਮੈਨੂੰ ਤੂੰ ਆਪਣੀ ਘਰ ਵਾਲੀ ਲੈ ਕੇ ਜਾ ਜਨਾਬ ਤੁਸੀਂ ਬੰਦੇ ਹੋਣਾ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਨਾ ਆ ਕਿਡੇ ਔਖੇ ਬੋਲਦੇ ਨੇ ਮੇਰੇ ਨਾਲ ਉਹ ਇਹਨਾਂ ਦੀ ਡਿਊਟੀ ਆ ਡਿਊਟੀ ਆ ਸਾਹਿਬ ਜੀ ਤੁਹਾਡੇ ਹੁੰਦੇ ਆ ਮੈਨੂੰ ਔਖਾ ਬੋਲਣਾ ਮੜੀ ਗੱਲ ਫਿਰ ਉੱਚੀ ਦੀ ਗੱਲ ਕਰਦਾ ਜਾ ਤੂੰ ਆਪਣੀ ਘਰ ਵਾਲੀ ਛੱਜ ਕੇ ਲਿਆ ਵੇਖੋ ਜਨਾਬ ਤੇ ਡੰਡਾ ਦਿਖਾਈ ਜਾਂਦਾ ਤੁਹਾਡੇ ਸਾਹਮਣੇ ਜਾ ਤੂੰ ਘਰ ਵਾਲੀ ਲੈ ਆਪਣੀ ਇਹ ਘਰ ਵਾਲੀ ਲੈ ਨਾ ਬਾਬਾ ਜੀ ਤੁਸੀਂ ਕੋ ਪਿਆਰ ਨਾਲ ਕੋ ਪਿਆਰ ਨਾਲ ਲੈ ਨਾ ਘਰ ਵਾਲੀ ਜਨਾਬ ਆਪ ਹੀ ਆ ਗਈ ਘਰ ਵਾਲੀ ਪਾਸਤਾਨ ਗਈ ਆ ਮੈਂ ਮਗਰੇ ਆਉਂਦਾ ਹੀ ਇਹਦੇ ਦੱਸੋ ਗੱਲ ਕੀ ਆ ਕੀ ਗੱਲ ਵਾ ਗੱਲ ਕੁਛ ਨਹੀਂ ਮੈਂ ਬਸ ਪਿਆਰ ਦੀ ਗੱਲ ਕਰਨੇ ਹੋਣਗੇ ਫਿਰ ਇਹ ਤੇਰਾ ਪਿਆਰ ਪਵੇ ਤੇਰਾ ਚੁੱਲ੍ਹੇ ਦੇ ਵਿੱਚ ਆ ਇਹਨੇ ਕੰਜਰ ਨੇ ਗੰਦ ਪਾਇਆ ਸ਼ਰਾਬ ਪੀ ਕਰ ਉਹ ਗਾਣਾ ਕਰਦਾ ਵਾ ਹੈ ਜਨਾਬ ਜੀ ਵੇਖੋ ਗੰਦ ਵਾਲੀ ਗੱਲ ਝੂਠੀ ਜੇ ਓਏ ਸੱਠਾ ਖਾਸ ਬਾਵਾ ਕਰ ਇੱਕ ਮਿੰਟ ਓਏ ਸ਼ਰਾਬ ਕਿਹੜੀ ਪੀਣਾ ਓਏ ਇਹ ਜਨਾਬ ਬਾਬਾ ਜੀ ਦੀ ਮਰਜ਼ੀ ਬੇ ਪੀਂਦਾ ਹੈ ਨਾ ਪੁੱਛ ਲੈ ਜਾ ਬੀਬੀ ਤੂੰ ਛੱਤੇ ਚੜੀ ਨਹੀਂ ਹਾਜੋ ਕੀ ਖਾਣਾ ਵਾ ਢੁੜਕਣਾ ਬੋਜੀ ਬੀਬੀ ਪੁੱਛਣਾ ਦਾ ਸਾਹਿਬ ਨੇ ਮੈਂ ਖਾਣਾ ਕਿਹਾ ਮੈਂ ਕੰਜਰ ਖੰਤਰ ਕਿਹਾ ਵਾ ਬਾਬੇ ਜੱਤ ਓਏ ਫਿਰ ਕਿਆ ਕੰਜਰ ਖੰਤਰ ਕਿਹਾ ਸਾਡੇ ਕੋਲ ਲੇਡੀਜ਼ ਹੈ ਨਹੀਂ ਗੀ ਸਾਡੇ ਕੋਲ ਮੁਲਾਜ਼ਮ ਨਹੀਂ ਤੇ ਤੈਨੂੰ ਅੰਦਰ ਕਰ ਦੇਣਾ ਸੀ ਆ ਬਈ ਸ਼ਰਾਬ ਕਿਹੜੀ ਪੀਣਾ ਦੇਸੀ ਦੇਸੀ ਮਤਲਬ ਰੂੜੀ ਮਾਰਕਾ ਰੂੜੀ ਮਾਰਕਾ ਮਤਲਬ ਡਰਮ ਦੇ ਵਿੱਚ ਉੱਤੇ ਨਾਲੀ ਲਾ ਕੇ ਕੱਢੀ ਦੀ ਆ ਕਾਦੀ ਕੱਢਦਾ ਕੀ ਕੱਢੀ ਦੀ ਗੁੜ ਦੀ ਇੱਧਰ ਵੀ ਦੋ ਤਿੰਨ ਬੋਤਲਾਂ ਭੇਜ ਦੀ ਬੜੀ ਲੋੜ ਆ ਜਨਾਬ ਜੀ ਆਹ ਗਲੋਂ ਲਾ ਦਿਓ ਤੇ ਤਿੰਨ ਚਾਰ ਬੋਤਲਾਂ ਪੇਟੀਆਂ ਲਾ ਦੂੰਗਾ ਮੈਂ ਆਹ ਗਲੋਂ ਲਵਾ ਦਿਓ ਬਸ ਆਹ ਡਰਾਮਾ ਮੇਰੇ ਗਲੋਂ ਲਾ ਦਿਓ ਬਸ ਚੇਚੀ ਗੁੜ ਪਾਲਿਆ ਕਰ ਇਹ ਲੜੋ ਮੈਂ ਚਾਹ ਪੀਂਦੀ ਆ ਉਹ ਬਾਬਾ ਮੇਰੀ ਗੱਲ ਸੁਣ ਬੀਬੀ ਇੱਕ ਮਿੰਟ ਚਾਹ ਤੋਂ ਚੇਤਾ ਆਇਆ ਚਲੋ ਯਾਰ ਚਾਹ ਪੀਂ ਜੋ ਸਾਨੂੰ ਉਹ ਗੱਲ ਜਨਾਬ ਚਾਹ ਫੇਰ ਠੰਡੀ ਹੋ ਗਈ ਚਾਹ ਚੱਲੀ ਆਪਾਂ ਨੂੰ ਗਰਮ ਕਰ ਦੇਣਾ ਸੀ ਖਾ ਕੰਜਰ ਖਾਨ ਨੇ ਬੇੜ ਕੇ ਚੱਲ ਨਿਬੜ ਗਿਆ ਜਾਓ ਚਲੋ 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 ਬੇੜ ਦਾ ਦਰਾ ਚਲੋ ਚਲੋ ਉਹ ਮਗਾ ਯਾਰ ਚਾਹ ਗਰਮ ਕਰਾ ਚੰਨੂ ਚਲੋ ਤੇਰੀ ਮਕਾਨ ਲੱਥੇ ਹਾਂਜੀ ਜਨਾਬ ਮਾਸਾ ਸਵਾਦ ਨਹੀਂ ਆਉਂਦਿਆ ਯਾਰ ਚਾਹ ਫੇਰ ਠੰਡੀ ਦੇ ਗਿਆ ਯਾਰ ਸਰ ਕੀ ਕਰਦੇ ਪੀ ਵੀ ਲਿਆ ਕਰੋ ਕੰਮ ਤੇ ਇਦਾਂ ਚੱਲਦੇ ਰਹਿਣੇ ਆ ਸਿਹਤ ਦਾ ਖਿਆਲ ਰੱਖੋ ਕਿੰਨੀ ਸਿਹਤ ਡਾਊਨ ਹੋ ਗਈ ਆ ਹਾਂ ਡਾਊਨ ਤੇ ਕਿਸੇ ਪਾਸੋਂ ਨਹੀਂ ਪਾਓ ਪੀਣ ਦਿੰਦਾ ਨਹੀਂ ਕੋਈ ਚੱਲ ਠੀਕ ਹੈ ਤੂੰ ਗਰਮ ਕਰਾ ਗਰਮ ਕਰਾ ਆਹ ਜੀ ਬੜੇ ਝੂਠ ਬੋਲਣ ਲੱਗ ਪਿਆ ਅੱਜ ਕੱਲ੍ਹ ਜਨਾਬ ਸਾਰੇ ਕੁੜੀ ਚਰਚੇ ਆ ਥਾਣੇਦਾਰ ਬਿਸ਼ਨ ਸਿੰਘ ਦੇ ਇੱਦਾਂ ਹੀ ਹੈ ਨਾ ਫਿਰ ਕੰਮ ਵਧੀਆ ਕਰੀ ਜੇ ਪਊ ਕਹਿੰਦਾ ਥਾਣੇਦਾਰ ਕੜਕ ਤੇ ਬੜਾ ਵਾ ਤੇਰੀ ਜ਼ਬਾਨ ਵੀ ਫੜਫੜ ਕਰਦੀ ਆ ਭਾਈ ਹੁਣ ਅੜਦਾ ਤੂੰ ਮੈਨੂੰ ਮਾਫ਼ ਕਰ ਦੇ ਜਨਾਬ ਮੈਨੂੰ ਮਾਫ਼ ਕਰ ਦੇ ਕਾਹਦੀ ਮਾਫ਼ੀ ਮੰਗੀ ਜੇ ਨਾ ਕਿਹੜੀ ਗਲਤੀ ਕੀਤੀ ਜਿਹੜੀ ਮਾਫ਼ੀ ਮੰਗੀ ਜੇ ਨਾ ਜਨਾਬ ਮੈਂ ਕਿਸੇ ਦੀ ਨਾ ਮੱਝ ਚੋਰੀ ਕੀਤੀ ਸੀ ਅੱਛਾ ਉਹ ਜਿਹਦੀ ਮੱਝ ਚੋਰੀ ਕੀਤੀ ਸੀ ਉਹ ਕੁਝ ਦਿਨ ਪਹਿਲਾਂ ਮਰ ਗਿਆ ਅਤੇ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਇਸ ਕਰਕੇ ਮੈਨੂੰ ਮਾਫ਼ ਕਰ ਦੇ ਜਾਛੜ ਭਾਈ ਸਾਹਿਬ ਕਾਕਾ ਜੇ ਤੈਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਤੂੰ ਉਹਨੇ ਦੇ ਮੈਂਬਰਾਂ ਤੋਂ ਮਾਫੀ ਮੰਗ ਲਾ ਉਹ ਥਾਣੇ ਇੱਥੇ ਥਾਣੇ 'ਚ ਕੀ ਕਹਿੰਦੇ ਹੁੰਦੇ ਅੰਬ ਲੈਣਾ ਹੈ ਨਹੀਂ ਜਨਾਬ ਜੀ ਉਹਨਾਂ ਦਾ ਤਾਂ ਕੋਈ ਮੈਂਬਰ ਹੀ ਨਹੀਂ ਸੀ ਉਹ ਤੇ ਉਹ ਸੀ ਇੱਕ ਤੇ ਇੱਕੋ ਦੀ ਮੱਝ ਸੀ ਬਸ ਚਲੋ ਕੋਈ ਨਹੀਂ ਜਾ ਤੈਨੂੰ ਮਾਫ਼ ਕੀਤਾ ਜਾ ਜਾ ਬੇਟਾ ਜਾ ਨਹੀਂ ਨਹੀਂ ਜਨਾਬ ਮੈਨੂੰ ਕੋਈ ਸਜ਼ਾ ਦਿਓ ਜੀ ਉਹ ਤੈਨੂੰ ਮੈਂ ਕਹਿਣ ਡਿਆ ਪਿਆਰ ਨਾਲ ਵੀ ਤੈਨੂੰ ਮਾਫ਼ ਕੀਤਾ ਤੂੰ ਮੇਰੇ ਕੋ ਗਾਣਾ ਸੁਣਨੀਆਂ ਲੱਗਦੀਆਂ ਉਹ ਦਫਾ ਹੋ ਕੀਤਾ ਮਾਫ਼ ਜਾ ਤੈਨੂੰ ਜਨਾਬ ਮੈਨੂੰ ਸਜ਼ਾ ਦਿਓ ਕੋਈ ਜ਼ਰੂਰੀ ਇੱਕ ਮਿੰਟ ਜਨਾਬ ਇਹ ਆਪਣੀ ਕੁੱਤੇ ਦੀ ਪੂਛ ਆ ਸਜ਼ਾ ਦਿਓ ਕੋਈ ਨਾ ਕੋਈ ਇਹਨੂੰ ਤੇ ਤੇਰੀ ਕਾਕਾ ਫਿਰ ਸਜ਼ਾ ਇਹ ਹੋਈ ਆ ਜਿਹੜੀ ਮੱਝ ਤੂੰ ਚੋਰੀ ਕੀਤੀ ਆ ਨਾ ਹਾਂਜੀ ਹਾਂਜੀ ਇਹਦਾ 4 ਕਿਲੋ ਦੁੱਧ ਰੋਜ਼ਾਨਾ ਥਾਣੇ 'ਚ ਆਉਣਾ ਚਾਹੀਦਾ ਜਨਾਬ ਦਿਨ ਦੇ ਵਿੱਚ ਤੇ 4 ਕਿਲੋ ਦੁੱਧ ਮਸਾ ਦਿੰਦੀ ਆ ਤੇ ਮੈਂ ਪੀਉਂਗਾ ਕੀ ਅੱਗੇ ਤੂੰ ਪੀ ਕੇ ਬੜੀ ਸਿਹਤ ਬਣਾਈ ਹੈ ਹੈ ਤੂੰ ਪੀ ਕੇ ਕੀ ਕਰਨਾ ਪੰਜਾਬ ਪੁਲਿਸ ਨੂੰ ਪੀਣ ਦੇ ਅਸੀਂ ਮੁਜਰਮ ਫੜਨੇ ਹੁੰਦੇ ਦੌੜਾਂ ਲਾਉਣੀਆਂ ਹੁੰਦੀਆਂ ਨਹੀਂ ਜਨਾਬ ਸਾਡੇ ਤੇ ਤਾਕਤ ਚਾਹੀਦੀ ਪੁੱਤ ਇਹ ਧੱਕੇਸ਼ਾਹੀ ਆ ਜਨਾਬ ਇਹ ਤੇ ਨਿਰੀ ਧੱਕੇਸ਼ਾਹੀ ਆ ਜੀ ਧੱਕੇਸ਼ਾਹੀ ਆ ਧੱਕੇਸ਼ਾਹੀ ਹੋਣ ਹੋਊਗੀ ਇਹਨੂੰ ਘਰ ਅੰਦਰ ਤੇ ਇਹਦੀ ਮੱਝ ਲਿਆ ਕੇ ਬੰਨ ਦੇ ਬਾਹਰ ਥਾਣੇ ਦੇ ਠੀਕ ਹੈ ਜੀ ਤੇ ਬਸ ਇਹਨੂੰ ਉਹਨੂੰ ਉਦੋਂ ਕੱਢਿਆ ਕਰਨਾ ਜਦੋਂ ਮੱਝ ਨੂੰ ਪੱਠੇ ਪਾਉਣੇ ਹੋਏ ਠੀਕ ਹੈ ਜਨਾਬ ਇਹ ਪੱਠੇ ਪਾਊਗਾ ਠੀਕ ਹੈ ਜੀ ਦੁੱਧ ਪੰਜਾਬ ਪੁਲਿਸ ਪੀਊਗੀ ਨਹੀਂ ਨਹੀਂ ਜਨਾਬ ਮੈਂ 4 ਕਿਲੋ ਦੁੱਧ ਰੋਜ਼ ਦਾ ਦੇ ਕੇ ਜਾਇਆ ਕਰੂੰਗਾ ਜੀ ਤੁਹਾਨੂੰ ਜਾਓ ਖਿਸਕੋ ਫਿਰ ਠੀਕ ਹੈ ਠੀਕ ਚਲੋ ਜਨਾਬ ਇਹਨੇ ਮੱਝ ਚੋਰੀ ਕਰਕੇ ਗਲਤੀ ਕੀਤੀ ਆ ਠੀਕ ਹੈ ਥਾਣੇ ਆ ਕੇ ਗਲਤੀ ਕੀਤੀ ਆ ਥਾਣੇ ਆ ਗਏ ਵੈਸੇ ਤੁਹਾਡਾ ਪੁੱਤਰ ਜੀ ਅੱਧਾ ਅੱਧਾ ਲੀਟਰ ਹੀ ਬਣਦਾ ਬਾਕੀ ਮੇਰਾ 2-3 ਕਿਲੋ ਲਿਆ ਹੈਗਾ ਭਾਈ ਅਗਲਾ ਹੁਕਮ ਕੀ ਆ ਜੀ ਅਗਲਾ ਹੁਕਮ ਕੁਛ ਨੀ ਹੈ ਤੁਸੀਂ ਏਦਾਂ ਕਰੋ ਜਿਹੜਾ ਅੰਦਰ ਟਰੰਕ ਪਿਆ ਨਾ ਹਾਂਜੀ ਹਾਂਜੀ ਉਹਦੀ ਨਿਗਰਾਨੀ ਇੱਕ ਅੱਧੇ ਦੀ ਡਿਊਟੀ ਲਾਓ ਉੱਤੇ ਲੱਗੀ ਆ ਜੀ ਚੰਗਾੜੇ ਹੌਲਦਾਰ ਦੀ ਤਾਂ ਸਾਲਿਆ ਉਹਦੀ ਕਿਉਂ ਡਿਊਟੀ ਲਾ ਤੀ ਉੱਥੇ ਜ਼ਿੰਮੇਵਾਰ ਬੰਦਾ ਜੀ ਏਦਾਂ ਕਰ ਉਹਦੀ ਡਿਊਟੀ ਨਾ ਲਾ ਤੂੰ ਅੱਛਾ ਇਹਦੀ ਡਿਊਟੀ ਲਾ
ਠੀਕ ਹੈ ਜੀ। ਇਹ ਸਾਰੀ ਜਿਹੜੀ ਬੁੱਤ ਬਣ ਕੇ ਖਲੋਤਾ ਰਹਿੰਦਾ ਉਹਨੂੰ ਗੇੜ ਤੇ ਰਹਿਣ ਦੀ। ਚਲ ਠੀਕ ਹੈ ਜੀ। ਠੀਕ ਹੈ ਨਾਲੇ ਉਹ ਵਿਚਾਰਾ ਬਿਮਾਰ ਸ਼ਮਾਰ ਗਿਆ, ਠੀਕ ਨਹੀਂ ਰਹਿੰਦਾ। ਠੀਕ ਹੈ ਜੀ। 3 ਦਿਨ ਤੋਂ 2 ਦਿਨ ਦਿਨ ਤੇ ਵਿਚਾਰਾ ਛੁੱਟੀ ਤੇ ਰਹਿੰਦਾ। ਕੀ ਪਤਾ ਤਾਂ ਉਹ ਕੱਲ ਨੂੰ ਆਵੇ ਕਿ ਨਾ ਆਵੇ ਡਿਊਟੀ। ਆ ਨਹੀਂ ਡਿਊਟੀ ਲਾ ਟਰੰਕ ਤੇ। ਚਲੋ ਭਾਈ ਟਰੰਕ ਤੇ ਖਲੋ ਜਾ ਕੇ। ਚਲੋ ਚਲੋ ਜਾਓ ਜਾਓ। ਚਲੋ ਜਨਾਬ ਇਹਨਾਂ ਤਾਂ ਗੱਲ ਕੀਤੀ ਕਿ ਯਾਰ ਪੈਕ ਪੁਗ ਲਾ ਲੈਂਦਾ ਏ। ਇਹ ਕਿਤੇ ਨਗੀਦੀ ਨਾ ਕਰ ਲੈ ਮੈਂ ਤਾਂ ਕਰਕੇ ਨਹੀਂ ਲਾਉਂਦਾ। ਨਹੀਂ 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 ਆ ਜਿੰਨੀ ਪੁੱਛਣਾ ਪਈ ਨਾ ਥਾਣੇ ਚ। ਹਾਂਜੀ ਹਾਂਜੀ। ਉਹ ਸਾਰੀ ਮੇਰੇ ਘਰੇ ਪਹੁੰਚਾਓ ਤੇ ਕਿਸੇ ਨੂੰ ਪੀਣ ਨਹੀਂ ਦੇਣੀ। ਠੀਕ ਹੈ ਜੀ। ਚਲੋ ਮੈਂ ਆ ਜਰਾ ਤੇ ਤੁਸੀਂ ਥਾਣੇ ਚ ਬੈਠੋ ਫਿਰ ਮੈਂ ਜਰਾ ਮਾਰ ਕੇ ਆ ਰਿਹਾ ਹਾਂ ਆਰਡਰ। ਦੇਖੋ ਜੀ ਓਏ ਸਾਬਤ ਗਏ ਆ ਆਪਾਂ ਵੀ ਘਰੋਂ ਆਈਏ ਰੌਣ ਮਾਰੀਏ। ਚਲੋ 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 ਪਹਿਲਾਂ ਲੈਣਾ ਚਾਹੀਦਾ ਜਿੰਨਾ ਲੈ ਜਾਂਦਾ ਦਾ ਥਾਣਾ ਖੁੱਲਾ ਛੱਡ ਕੇ ਬੈਠੇ ਆ ਹੈ 20 ਰੇ ਮੈਂ ਚਾਹ ਗਰਮ ਕਰਕੇ ਲਿਆਂਦੀ ਮੁੜ ਕੇ ਕਹਿੰਦੇ ਚਾਹ ਠੰਡੀ ਹੋ ਜਾਂਦੀ ਇਹਨਾਂ ਤੋਂ ਨਹੀਂ ਪਤਾ ਲੱਗਦਾ ਕੁਛ। ਕੀ ਬੋਲ ਰਿਹਾ ਬਾਈ? ਸਤਿ ਸ਼੍ਰੀ ਅਕਾਲ ਸਰ। ਕੀ ਬੋਲ ਰਿਹਾ? ਦੁਬਾਰਾ ਬੋਲੀ ਹਾਂ ਮੈਂ ਕਿਹਾ ਵੈਸੇ ਜਨਾਬ ਨੂੰ ਯਾਦ ਕਰ ਵੀ ਅੱਜ ਥਾਣੇ 'ਚ ਰੌਣਕ ਨਹੀਂ ਲੱਗਦੀ। ਯਾਰ ਆ ਕਰੋ ਰੌਣਕ ਲਾ ਦਿਆਂਗੇ ਹੁਣੇ। ਹਲੋ ਤੈਨੂੰ ਅੰਦਰ ਕਰਕੇ ਤੇਰੇ ਰੌਣਕ ਵੇਖੀ ਕਿੰਨੀ ਲੱਗਦੀ ਜਾਂਦੀ। ਹਲੋ ਜਨਾਬ ਤੇਰੀ ਰੌਣਕ ਨਾਲ ਲਾਲ ਕੀਤੀ ਤੇ ਮੈਨੂੰ ਵੀ ਬਿਸ਼ਾ ਚਾਹੀਦਾ। ਮਿਹਰਬਾਨੀ ਮਿਹਰਬਾਨੀ। ਚਲੋ ਵੀ ਤੇ ਹਾਂ ਉਹ ਜਨਾਬ ਆਪਣਾ ਇੱਕ ਮਿੰਟ ਆ ਤੇਰਾ ਪੜਾ ਜੋ ਏ ਆ ਇਹ ਗਰਮ ਗਰਮ ਚਾਹ ਹੁਣ ਵੀ ਆ ਰਹੀ ਹੈ। ਠੀਕ ਹੈ ਇਹਨੂੰ ਬਣਾਉਣੀ ਆ ਗਈ ਚਾਹ ਹੁਣ ਜੀ। ਉਹ ਇਹਨੂੰ ਤੇ ਵਿਚਾਰੇ ਨੂੰ ਆਉਂਦੀ ਲੋਕੀ ਨਹੀਂ ਕੀ ਪੀਣ ਦਿੰਦੇ ਆਪਾਂ ਨੂੰ। ਹਾਂਜੀ ਦੱਸੋ ਉਹ ਜਨਾਬ ਆਪਣਾ ਬਿੱਲ ਦੇ ਦੇਣਾ ਸੀ। ਲੈ 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 10 ਕਿਲੇ ਪੈਸੇ ਆਪਣਾ ਲਿਆ ਬਈ 1000 ਰੁਪਇਆ ਬਣਦਾ ਜੀ। ਯਾ ਓ ਨੋ ਹੈ ਜਨਾਬ ਇੱਕ ਮਿੰਟ ਦੁਬਾਰਾ ਬੋਲੀ ਦੁਬਾਰਾ ਬੋਲੀ। ਮੈਂ ਕਹਿੰਦੀ 1000 ਬਣਦਾ ਵਾ ਕਿੰਨੇ ਬੰਦੇ ਆ ਜਨਾਬ ਇਹ ਤੁਸੀਂ ਫਿਰ ਗਰੀਬ ਨਾਲ ਧੱਕਾ ਹੀ ਕਰਦੇ ਹੋ ਤੇ ਤੂੰ ਮੇਰੇ ਨਾਲ ਨਹੀਂ ਧੱਕਾ ਕਰਦੇ। 3 ਕੱਪ ਚਾਹ 1500 ਰੁਪਇਆ ਕਾਹਦਾ ਹੋਇਆ 30 ਰੁਪਏ ਦੇ ਦਹਾਂ ਦਹਾਂ ਦਾ ਕੱਪ 30 ਰੁਪਏ ਬਣਦੇ ਤੇ 1000 ਰੁਪਇਆ ਕਾਹਦਾ। ਜਨਾਬ ਮੈਂ ਕਿਹੜਾ ਵੀ ਝੂਠ ਬੋਲਣ ਦਾ ਮੈਂ ਇਹੋ ਕਹਿੰਦਾ ਵੀ 30 ਬਣਦੇ ਆ ਤੇ 950 ਰੁਪਏ ਦਾ ਸਿਲੰਡਰ ਲੱਗ ਗਿਆ ਵਾ। 950 ਦਾ ਸਿਲੰਡਰ ਲੱਗ ਗਿਆ ਆ ਤੇ ਜਿਹੜਾ 20 ਰੀ ਤੁਸੀਂ ਮੇਰੇ ਕੋਲ ਚਾਹ ਗਰਮ ਕਰਾ ਠੰਡੀ ਕਰਾ ਗਰਮ ਕਰਾ ਠੰਡੀ ਕਰਾ ਭਜਾਈ ਫਿਰਦੇ ਸਵੇਰ ਦਾ ਤੁਸੀਂ ਹੋਰ ਤੇ ਮੈਂ ਗਾਹਕ ਬਤਾਇਆ ਨਹੀਂ ਕੋਈ ਤੁਹਾਨੂੰ ਭੁਗਤਾਉਣ ਦਿਆ ਸਵੇਰ ਦਾ ਤੇ ਸਿਲੰਡਰ ਸਾਡੇ ਖਾਤੇ ਪਾਉਣਾ ਤੇ ਜਨਾਬ ਤੁਹਾਡੇ ਪਾਉਣਾ ਸਿਲੰਡਰ ਤੇ ਗਰਮ ਹੋਣੀ ਆ ਹੋਰ ਕਾਹਤੇ ਗਰਮ ਹੋਣੀ ਆ ਭਈ ਦੇਖ ਅਸੀਂ ਤੇ 30 ਰੁਪਏ ਦੇ ਸਕਦੇ ਓਏ ਸਾਬੀ। ਹਾਂਜੀ ਹਾਂਜੀ ਉਹ ਬਾਹਰ ਕੋਈ ਆਟੋ ਜਾਂਦਾ ਨਾ ਸਿਲੰਡਰ ਵਾਲਾ। ਹਾਂਜੀ ਹਾਂਜੀ ਉਹਨੂੰ ਫੜ ਕੇ ਜੋ ਜੇ ਕੋਈ ਸਿਲੰਡਰ ਇਹਦੇ ਕੋਲ ਖਾਲੀ ਸਿਲੰਡਰ ਲੈ ਕੇ ਤੇ ਉਹਨੂੰ ਸਿਲੰਡਰ ਖਾਲੀ ਦੇ ਕੇ ਉਹਨੂੰ ਭਰਿਆ ਲੈ ਕੇ ਤੇ ਮੋਢੇ ਤੇ ਚਕਾ ਠੀਕ ਹੈ ਚਕਾ ਤੇਰੇ ਸਿਲੰਡਰ ਮਿਲ ਜੂ ਪੈਸੇ ਨਹੀਂ ਹੈਗੇ ਚੱਲ ਤੇ ਜਨਾਬ ਆ 30 ਦੇ ਦੇ ਦਿਓ ਫਿਰ ਇਹ ਵੀ 30 ਹੁਣ ਗਏ ਲੈ ਕੋਈ ਗੱਲ ਨਹੀਂ ਉਹ 30 ਰੁਪਏ ਉਹ ਸਿਲੰਡਰ ਵਾਲੇ ਦੀ ਜੇਬ ਚੋਂ ਕਢਾ ਲਈ ਇਹਨੂੰ ਦੇ ਦੀ ਚੱਲ ਖਿਸਕ ਖਿਸਕ ਚੱਲ 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 ਨਹੀਂ ਤੇ ਮੋਰ ਬਣਾ ਦੂੰਗਾ ਜੀ ਬੜਾ ਪੀਓ ਭਾਈ ਯਾਰ ਬੜਾ ਚਾਹ ਪੀਓ ਮੈਨੂੰ ਡਾਕਟਰ ਨੇ ਮਨਾ ਕੀਤੀ ਹੈ ਠੰਡਾ ਸਾਹਿਬ ਪੀਓ ਪੀਓ ਤੁਸੀਂ ਚੱਲ ਬਾਈ ਉਹ ਗੱਲ ਜਿਹੜੀ ਆਪਣੀ ਮਾਂ ਤੇ ਆਪਾਂ ਉਹ ਵੀ ਵੇਖ ਰਹਾ ਹੋਈਏ ਕਿਹੜੀ ਹਾਂ ਉਹ ਰਹਿੰਦੇ ਅੱਜ ਥੱਕੇ ਟੁੱਟੇ ਆ ਕੱਲ ਨੂੰ ਵੇਖ ਲਈ ਚੱਲ ਠੀਕ ਹੈ ਜੀ ਕੱਲ ਨੂੰ ਜੀ ਅੱਜ ਸੋਣੀ ਫਿਰ ਮਜ਼ੇ ਨਾਲ ਆਹ ਤੇਰੇ ਪਿਓ ਦੀ ਜੱਜ ਚੜ੍ਹ ਲੱਗੀ ਨੇ ਤੂੰ ਸੋਣਾ ਉੱਥੇ ਨਜ਼ਾਰਾ ਆ ਗਿਆ ਅੱਛਾ ਇੱਦਾਂ ਕਰੋ ਹਾਂਜੀ ਹਾਂਜੀ ਹੁਣ ਨਾ ਟਾਈਮ ਬਹੁਤ ਹੋ ਗਿਆ ਪਿੰਡ 'ਚ ਰੌਂਡੀ ਮਾਰ ਕੇ ਆਈਏ ਠੀਕ ਹੈ ਜੀ ਜਿਹੜਾ ਕੋਈ ਨਸ਼ਾ ਪੱਤਾ ਕਰਦਾ ਉਹਨੂੰ ਚੱਕ ਲਈਏ ਠੀਕ ਹੈ ਜੀ ਠੀਕ ਹੈ ਚਲੋ ਖਿਸਕੀਏ ਚਲੋ ਆ ਜਾਓ ਆ ਗਲਾਸੀਆਂ ਨੂੰ ਪਹੁੰਚਾ ਦੇ ਇਹ ਫੜ ਲੈ ਨਾਲ ਲੈ ਜਾ ਉੱਥੇ ਫੜਾ ਲੈਣੀ ਜਾਂਦੀ ਜੀ ਅੱਜ ਜਨਾਬ ਨੇ ਪੀਤੀ ਨਹੀਂ ਪਿਓ ਇਹਨੂੰ ਹੁਣੇ ਇਹਨੇ ਕਿੱਥੇ ਪੀਣੀ ਹੈ ਲੰਘ ਜੀ ਨਹੀਂ ਗਰਮ ਬੜੀ ਮੂੰਹ ਸਾੜਦੇ ਨੇ ਉਹ ਆ ਫੜੋ ਡੰਡਾ ਲਓ ਜਨਾਬ ਬਿਪਤਾ ਬਣੀ ਹੁੰਦੀ ਸਾਡੇ ਦੀ ਤੁਹਾਡੇ ਸਵਾਗਤ ਲਈ ਕੋਈ ਅਸੀਂ ਹਾਰ ਹੋਰ ਲੈ ਕੇ ਆਈਏ ਕੋਈ ਫੁੱਲ ਫਲ ਲੈ ਕੇ ਆਈਏ ਕੀ ਕਹਿ ਰਿਹਾ ਕੱਚਾ ਅਬ ਜਨਾਬ ਉਹ ਮੁਜਰਮ ਫੜਿਆ ਨਾ ਤੇ ਉਹ ਅਜੇ ਤੱਕ ਕੱਚਾ ਵਾ ਅਸੀਂ ਉਹਨੂੰ ਕੁੱਟ ਕੁੱਟ ਕੇ ਪੱਕਾ ਕਰਨਾ ਹੈ ਚੋਰੀਆਂ ਬੜੀਆਂ ਕਰਦਾ ਤੇ ਉਹਨੂੰ ਮਨਾਉਣ ਡਏ ਆ 3-4 ਸੀਟੀਆਂ ਮਰਾ ਦੇ ਸੀਟੀਆਂ ਅਬ ਚੀਕਾਂ ਮਰਾ ਦੇ ਉਹਦੀਆਂ ਤੇ ਚੰਗੀ ਤਰ੍ਹਾਂ ਰੀਝਣਾ ਕੁੱਟਣਾ ਜੀ ਰੀਝਣਾ ਤਾਂ ਕਰਕੇ ਕੀ ਕਰ ਸਕਦੇ ਆ ਜਨਾਬ ਤੇ ਕਿੱਧਰ ਆਉਣੇ ਹੋ ਇਸ ਨਾਲ ਮੈਂ ਕਿਹਾ ਜੀ ਬਹੁਤ ਦਿਨ ਹੋ ਗਿਆ ਨਹੀਂ ਮਾਰਿਆ ਦੇਖਾਂ ਪਿਛਲੇ ਦਾ ਕੀ ਕਰਦਾ ਪਿਆ ਅੱਛਾ ਨਾ ਲੱਗਦਾ ਲੂਣ ਘੱਟ ਆ ਆ ਲੂਣ ਕਿੰਨਾ ਕੁ ਪਾਉਣਾ ਇਹ ਲੂਣ ਘੱਟ ਕੱਚਾ ਆ ਕੀ ਮਤਲਬ ਹੈ ਜਨਾਬ ਜਿਹੜਾ ਮੁਜਰਮ ਫੜਿਆ ਨਾ ਉਹਨੂੰ ਅਸੀਂ ਇੰਟੈਰੋਗੇਟ ਕੀਤਾ ਤੇ ਉਹਦੇ ਉੱਤੇ ਲੂਣ ਭੁੱਕ ਭੁੱਕ ਕੇ ਭੁੱਕ ਭੁੱਕ ਕੇ ਉਹਨੂੰ ਬਕਾ ਰਹੇ ਆ ਵੀ ਬਗ ਪਿਓ ਦਾ ਪੁੱਤ ਕਿੱਥੇ ਨਸ਼ੇ ਵੇਚਦਾ ਕਿੱਥੇ ਨਸ਼ੇ ਕਿਹਨਾਂ ਕਿਹਨਾਂ ਨੂੰ ਦੇਣਾ ਨਸ਼ੇ ਸਪਲਾ ਕੀ ਕਹਿੰਦੇ ਆ
ਸਪਲਾਇਰ ਕਹਿੰਦੇ ਹੁੰਦੇ ਨਾ, ਹਾਂਜੀ ਉਹ ਸਪਲਾਇਰ ਹੈ ਜੀ ਨਸ਼ਿਆਂ ਦਾ। ਏਦਾਂ ਕਰ ਕਿੰਨਾ ਦਸ ਦਸ ਦੇ ਹਿਸਾਬ ਨਾਲ ਭਾਜੀ। ਠੀਕ ਹੈ ਜਨਾਬ। ਮੈਂ ਕਿਹਾ 10 ਕਿਲੋ ਉਹਦੇ ਕੋਲ ਭੁੱਖ ਖੜੀ ਸੀ, ਮੈਂ ਕਿਹਾ ਤੂੰ ਉਹਦੇ ਹਿਸਾਬ ਨਾਲ ਲੂਣ ਵੀ ਇੰਨਾ ਭੁੱਖ ਖੜੀ ਸੀ। ਦਸ ਕਿਲੋ ਠੀਕ ਹੈ ਜਨਾਬ ਜੀ। ਤਾਂ ਹੋਰ ਸਰ ਫਿਰ ਅਤੇ ਅੱਜ ਕੱਲ੍ਹ ਤਾਂ ਮੈਂ ਨਾ ਸਾਹਿਬ ਜੀ ਤੁਹਾਡੀ ਤਾਂ ਤਰੱਕੀ ਹੋਈ ਪਈ ਹੈ, ਕਿਤੇ ਸਾਡੇ ਵੀ ਇੱਕ ਅੱਧਾ ਸਟਾਰ ਲਵਾ ਜਾਓ। ਵਧੀਆ ਕੰਮ ਕਰੇਗਾ ਲੱਗ ਜਾਣੇ ਆ। ਠੀਕ ਹੈ ਜੀ, ਤੁਹਾਡਾ ਆਸ਼ੀਰਵਾਦ ਹੈ ਜੀ। ਬਸ ਇੱਦਾਂ ਹੀ ਮੈਂ ਵੀ ਚੱਲਦਾ, ਮੈਂ ਚੱਕਰ ਲਾਉਣ ਆਇਆ ਸੀ। ਜਨਾਬ ਬੈਠੋ, ਜਨਾਬ ਗੱਲ ਤੇ ਮੇਰੀ ਗੱਲ ਤੇ ਸੁਣੋ ਜਨਾਬ। ਉਹ ਮੇਰੀ ਗੱਲ ਸੁਣੋ, ਮੈਂ ਹੋਰ ਵੀ ਚੱਕਰ ਲਾ ਗਿਆ ਨਾ। ਨਹੀਂ ਬੈਠੋ, ਮੇਰੀ ਗੱਲ ਸੁਣੋ, ਮੇਰਾ ਖਿਆਲ ਰੱਖੋ ਜਨਾਬ, ਇਸ ਟੈਸਟ ਵੀ ਤੁਸੀਂ ਲਵਾਉਣੇ ਆ। ਠੀਕ ਹੈ ਠੀਕ ਹੈ ਹਾਂਜੀ, ਜੈ ਹਿੰਦ ਸਾਹਿਬ। ਲੈ ਓਕੇ ਠੀਕ ਹੈ ਜੀ। ਉਹ ਜਾ ਉਹਨਾਂ ਨੂੰ ਕਹਿ ਅੰਦਰ ਸਾਰੇ ਤੁਰੇ ਆਉਂਦੇ ਕੌਲੀਆਂ ਲੈ ਕੇ ਬਾਹਰ ਨੂੰ। ਚੋਰੀ ਹੋ ਗਈ। ਹਾਂਜੀ ਹਾਂਜੀ। ਜਿਹੜਾ ਪੰਚਾਇਤ ਦਾ 8 ਲੱਖ ਰੁਪਇਆ ਸੀ ਨਾ ਟਰੰਕ ਚ ਰੱਖਿਆ, ਟਰੰਕ ਸਮੇਤ ਚੋਰੀ ਹੋ ਗਿਆ। ਪੈਸੇ ਬੜੇ ਸਾਂਭ ਕੇ ਰੱਖੇ, ਜਿੰਦਰਾ ਵੀ ਲਾਇਆ ਸੀ, ਟਰੰਕ ਸਮੇਤ ਚੁੱਕ ਕੇ ਲੈ ਗਿਆ ਜੋ। ਕਰੋ ਤੁਸੀਂ ਟਰੰਕ ਲੱਭੋ। ਠੀਕ ਹੈ ਜੀ ਠੀਕ ਹੈ ਟਰੰਕ ਲੱਭ ਕੇ ਘਰਾਂ ਘਰਾਂ ਦੀ ਤਲਾਸ਼ੀ ਲਓ, ਜਿੱਥੋਂ ਟਰੰਕ ਲੱਭਦਾ ਨਾ ਤੇ ਤੁਸੀਂ ਬਸ ਫੜ ਕੇ ਟਰੰਕ ਨੂੰ ਲੈ ਕੇ ਆਓ, ਚੱਕ ਕੇ ਲੱਭ ਬਸ ਜੋੜ ਜੋ। ਠੀਕ ਹੈ ਸਰ, ਰੁਕ ਜੋ। ਇੱਧਰ ਹੋ ਜਾਓ, ਛਾਵਾ ਛੇ ਕਿੱਦਾਂ ਘੇਰਾ ਪਾਇਆ ਜੇ। ਹਾਂਜੀ ਆਓ, ਅਸੀਂ ਜਨਾਬ ਕਰ ਲਿਆ ਫੈਸਲਾ ਜੀ। ਅੱਛਾ ਜੀ ਦੱਸੋ। ਅਸੀਂ ਫੈਸਲਾ ਇਹ ਕੀਤਾ ਵਾ ਅੱਧੇ ਪੈਸੇ ਜਿਹੜੇ ਆ ਸ਼ਮਸ਼ਾਨ ਘਾਟ ਦੇ ਲਾ ਦਿੱਤੇ ਜਾਣ, ਤੇ ਅੱਧੇ ਪੈਸੇ ਜਿਹੜੇ ਆ ਨਾ ਉਹ ਲਾਇਬ੍ਰੇਰੀ ਤੇ ਜਿਮ ਤੇ ਲਾ ਦਿੱਤੇ ਜਾਣ। ਮੇਰੀ ਗੱਲ ਸੁਣੋ, ਤੂੰ ਕਾਕਾ ਬਾਹਰ ਚੱਲ ਦੋ, ਤੁਸੀਂ ਮਨ ਕਿੱਦਾਂ ਗਏ ਅੱਧੇ ਪੈਸੇ? ਮੈਨੂੰ ਇੱਕ ਗੱਲ ਦੱਸੋ, ਸ਼ਮਸ਼ਾਨ ਘਾਟ ਅੱਧੇ ਪੈਸੇ ਨਾਲ ਬਣਜੂ ਤੁਹਾਡਾ? ਬਣਜੂ ਨਹੀਂ ਨਾ ਬਣਜੂ, ਨਹੀਂ ਬਣਨਾ ਹੋਵੇ ਕਿਆ, ਸਿਆਣਾ ਬੰਦਾ ਗੱਲ ਕਰ ਰਿਹਾ। ਤੇ ਤੁਸੀਂ ਇੱਦਾਂ ਕਰੋ ਵੀ ਪੂਰੇ ਪੈਸੇ ਹੱਕ ਜਮਾਓ, ਤੁਹਾਡੇ ਬਣਦੇ ਆ, ਤੁਹਾਡੀਆਂ ਉਮਰਾਂ ਨੇ, ਤੁਸੀਂ ਸਿਆਣੇ ਆ, ਤੁਸੀਂ ਤੁਹਾਡੇ ਤਜਰਬੇ ਨੇ, ਤੁਸੀਂ ਉਮਰਾਂ ਹੰਢਾਈਆਂ, ਕਿਉਂ ਤੁਸੀਂ ਨੌਜਵਾਨ ਦੀ ਗੱਲ ਸੁਣਦੇ ਪਹਿਲਾਂ ਦੱਸੋ? ਹਾਂ ਬਈ ਦੱਸੋ, ਹਾਮੀ ਭਰੋ, ਬਿਲਕੁਲ ਬਸ ਠੀਕ ਹੈ, ਤੁਸੀਂ ਅੜੇ ਰਹਿਣਾ, ਇਹਨੂੰ ਪੂਰੇ ਪੈਸੇ ਚਾਹੀਦੇ, ਅਸੀਂ ਇਹਦੇ ਉੱਤੇ ਲੈਣੀ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਆਉਣ ਵਾਲੇ ਸਮੇਂ ਦੇ ਭਵਿੱਖ ਹੋ, ਤੁਹਾਡੇ ਸਿਰ ਤੇ ਸਾਰਾ ਕੁਝ ਟਿਕਿਆ, ਠੀਕ ਹੈ ਜੀ, ਠੀਕ ਹੈ ਨਾ,
ਲਾਇਬ੍ਰੇਰੀ ਬਹੁਤ ਜ਼ਰੂਰੀ ਹੈ, ਪਰ ਤੁਸੀਂ ਸਿਆਣੇ ਬਿਆਣੇ ਨੌਜਵਾਨ ਹੋ, ਪੜ੍ਹੇ ਲਿਖੇ ਹੋ, ਇੰਨੇ ਕੁ ਪੈਸੇ ਨੇ ਤੁਹਾਡੀ ਲਾਇਬ੍ਰੇਰੀ ਭਰ ਜੂਗੀ? ਇੱਕ ਬਿਲਡਿੰਗ ਤਿਆਰ ਕਰ ਲਓਗੇ, ਮੰਨ ਲਾ ਮੈਂ ਅੱਧੇ ਪੈਸੇ ਨੇ ਤੁਸੀਂ ਬਿਲਡਿੰਗ ਤਿਆਰ ਕਰ ਲਈ, ਉਹ 'ਚ ਕਿਤਾਬਾਂ ਕਿੱਥੇ ਰੱਖੋਗੇ, ਬਾਕੀ ਪੈਸੇ ਕਿੱਥੋਂ ਆਉਣਗੇ? ਔਖਾ ਜੀ, ਔਖਾ ਨਾ? ਤੁਸੀਂ ਇਹਨਾਂ ਨੂੰ ਕਹੋ ਵੀ ਸਾਨੂੰ ਨਹੀਂ ਪਤਾ ਅਸੀਂ ਪੂਰੇ ਪੈਸੇ ਲੈਣੇ, ਇਹ ਸਾਡਾ ਹੱਕ ਆ, ਅੱਧੇ ਅੱਧੇ ਦਾ ਕੋਈ ਫਾਇਦਾ ਨਹੀਂ ਹੈਗਾ। ਗਰਾਂਟ ਆਈ ਆ ਲਾਇਬ੍ਰੇਰੀ ਵਾਸਤੇ, ਉਹ ਕਬਜ਼ਾ ਕਰਨ ਨੂੰ ਫਿਰਦੇ ਆ ਬੁੱਢੇ ਬੰਦੇ, ਬੜੇ ਚਲਾਕ ਬੁੱਢੇ ਹੁੰਦੇ ਆ। ਤੁਸੀਂ ਨੌਜਵਾਨ ਹੋ, ਸਿਆਣੇ ਬਣੋ, ਜਾਓ, ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਮੈਂ ਹੈਗਾ ਨਾ, ਧੱਕਾ ਹੋ ਨਹੀਂ ਦਿੰਦਾ, ਚਲੋ ਜਾਓ, ਠੀਕ ਹੈ ਜੀ, ਜਾਓ ਜੀ, ਆ ਗੱਲਬਾਤ ਕਰੋ, ਜਾਓ ਜਾਓ। ਸਲਾਹ ਕਰਕੇ ਆਉਣ ਸਲਾਹ ਕਰਕੇ ਆਉਣ। ਹਾਂ, ਇੱਕ ਮਹੀਨੇ ਬਾਅਦ ਆਇਓ, ਚਲੋ ਜਾਓ, ਸਲਾਹ ਕਰੋ, ਇੱਕ ਰਿਪੇਅਰ ਸਲਾਹ ਕਰਾਂਗੇ। ਚੰਗਿਆੜ ਮਾਰੀ ਭੱਜੇ ਜਾਂਦੇ ਸੀ ਅੱਗੇ, ਮਾਰੀ ਚੰਗਿਆੜ ਰੱਖ ਕੇ ਹੋਗੇ, ਤੇਰਾ ਭਲਾ ਲੱਭ ਲਿਆ, ਤੇਰਾ ਰੈਂਕ ਪੱਕਾ ਬਣਿਆ ਲੈ, ਬਾਦਸ਼ਾਹ ਤੂੰ ਬੰਦੂਕ ਚੁੱਕ ਚੁੱਕ ਥਾਡੇ ਹੁਣੇ ਤੇ ਸਟਾਰ ਲਵਾ ਲਈ। ਮੈਂ ਕੋਈ ਗੱਲ ਨੀ, 800,000 ਰੁਪਈਆ ਪੰਚਾਇਤ ਦਾ ਇਹਨੇ ਦੇ ਮੂੰਹ ਤੇ ਮਾਰਨਾ। ਮਰੀ ਹੁੰਦੀ ਆ ਸਾਲਾ, ਜਿਹਦਾ ਕੌਣ ਸੁਣਦਾ ਵਿੱਚ, ਕੋਈ ਮੰਜਾ ਦਾ ਵਿੱਚ ਤੂੰ ਕਰਨਾ ਕੀ ਆ? ਭਾਜੀ ਮੇਰਾ ਕਸੂਰ ਕੀ? ਹੋਰ ਕੀ ਹੈ ਤੂੰ ਜਨਾਬ ਜੀ? ਉਹ ਜਨਾਬ ਜੀ ਇਹਦੇ ਵਿੱਚ ਉਹ ਲਾਸ਼, ਜਨਾਬ ਜੀ ਮੈਨੂੰ ਲਾਸ਼ ਦਾ ਨੀ ਕੋਈ ਪਤਾ, ਉਹ ਟਰੰਕ ਮੈਂ ਚੋਰੀ ਕੀਤਾ ਸੀ ਥਾਣੇ ਤੋਂ, ਤੁਹਾਡਾ ਆਹ ਹੌਲਦਾਰ ਤੇ ਸੁੱਤਾ ਸੀ ਤੇ ਮੈਂ ਰਾਤ ਆਇਆ, ਮੈਂ ਟਰੰਕ ਚੋਰੀ ਕਰ ਲਿਆ। ਅਸਲ ਵਿੱਚ ਟਰੰਕ ਮੈਂ ਕਿਉਂ ਚੋਰੀ ਕੀਤਾ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ। ਦੱਸ। ਅਸਲ ਵਿੱਚ ਮੇਰੀ ਘਰਵਾਲੀ ਰਾਣੂ ਹੈ। ਰਾਣੂ? ਹਾਂਜੀ ਜਨਾਬ ਜੀ, ਉਹ ਆਪਣੇ ਮਤਰੇ ਭਰਾਵਾਂ ਨੂੰ ਦੇਖ ਕੇ ਮਿਲਣ ਆਈ। ਲਿਖੀ ਜਾ ਜੋ ਕਹਿੰਦਾ ਬਿਆਨ ਦੇ, ਬੋਲ ਦੁਬਾਰਾ। ਜਨਾਬ ਮੇਰੀ ਰਾਣੋ ਆਪਣੇ ਭਰਾਵਾਂ ਮਤਰਿਆਂ ਨੂੰ ਮਿਲਣ ਆਈ, ਪਰ ਮੁੜ ਕੇ ਮੈਨੂੰ ਰਾਣੋ ਦਾ ਫੋਨ ਆਇਆ। ਰਾਣੋ ਮੈਨੂੰ ਕਹਿੰਦੀ ਮੇਰੇ ਵੀਰ ਮੇਰੀ ਜ਼ਿਆਦਾ ਤਾਂ ਹੜੱਪਣਾ ਚਾਹੁੰਦੇ ਆ ਅਤੇ ਮੈਨੂੰ ਬਚਾ ਲਓ, ਅਤੇ ਮੈਨੂੰ ਉਹਨੇ ਕਿਹਾ ਮੇਰੇ ਉਹਨਾਂ ਨੇ ਤਲਾਕ ਦੇ ਸਾਈਨ ਕਰਕੇ ਥਾਣੇ
ਜਮ੍ਹਾਂ ਕਰਾਤੇ ਜਨਾਬ ਜੀ ਮੈਂ ਤੇ ਉਹ ਕਿਹੜੇ ਥਾਣੇ ਜਮ੍ਹਾਂ ਕਰਾਏ ਸਾਡੇ ਵਾਲੀ ਹਾਂਜੀ ਹਾਂਜੀ ਜਨਾਬ ਜੀ ਮੈਂ ਤੇ ਉਹ ਟਰੰਕ ਦੇ ਵਿੱਚੋਂ ਜਨਾਬ ਜੀ ਕਾਗਜ਼ ਲੱਭਣ ਗਿਆ ਸੀ ਮੈਨੂੰ ਲੱਭੇ ਨਹੀਂ ਉਹ ਟਰੰਕ ਮੈਂ ਤੁਹਾਡੇ ਘਰੇ ਸੁੱਟ ਆਇਆ ਜੀ ਐਸਾ ਮੈਨੂੰ ਜਨਾਬ ਜੀ ਨਹੀਂ ਪਤਾ ਮੈਂ ਕੋਈ ਕਤਲ ਨਹੀਂ ਕੀਤਾ ਜਨਾਬ ਜੀ ਮੇਰੀ ਰਾਣੋ ਵਿਚਾਰੀ ਉਹਦਾ ਇੱਕ ਸੁਪਨਾ ਬੜਾ ਸੀ ਰਾਣੋ ਹਾਂਜੀ ਮਤਲਬ ਮੇਰੀ ਰਾਣੋ ਲੱਭ ਦਿਓ ਜਨਾਬ ਜੀ ਬਸ ਮੇਰੀ ਰਾਣੋ ਲੱਭ ਦਿਓ ਮੈਂ ਤੋਂ ਬਿਨਾ ਮਰ ਜੂ ਜਨਾਬ ਜੀ ਰਾਣੋ ਤੇਰੀ ਕਿੱਥੇ ਨਹੀਂ ਹੈ ਰਾਣੋ ਤੇਰੀ ਇੱਥੇ ਹੀ ਹੈ ਰਾਣੋ ਇੱਥੇ ਜਨਾਬ ਜੀ ਰਾਣੋ ਕਿੱਥੇ ਹੈ ਮੇਰੀ ਬਸ ਤੂੰ ਆਪਣਾ ਇੱਕ ਵੱਡਾ ਦਿਲ ਕਰ ਅਤੇ ਦਿਲ ਬੰਨ ਕੇ ਤੂੰ ਕੋਲ ਵੇਖਣਾ ਤੈਨੂੰ ਮੈਂ ਵਿਖਾ ਦਿੰਦਾ ਹਾਂਜੀ ਕੀ ਆ ਜਾ ਬਸ ਤੂੰ ਆਪਣਾ ਦਿਲ ਜਿਗਰਾ ਵੱਡਾ ਕਰੀ ਬਸ ਅੱਖਾਂ ਖੋਲ ਮੇਰੀ ਰਾਣੋ ਦਾ ਇੱਕੋ ਸੁਪਨਾ ਸੀ ਮੇਰੀ ਰਾਣੋ ਦੀ ਜਿੰਨੀ ਜਾਇਦਾਦ ਸੀ ਉਹ ਆਪਣੇ ਪਿੰਡ ਦੇ ਨਾਂ ਲਾਉਣਾ ਚਾਹੁੰਦੀ ਸੀ ਕਿਉਂਕਿ ਉਹ ਇਸ ਪਿੰਡ ਦੇ ਵਿੱਚ ਇੱਕੋ ਧੀ ਸੀ ਜਿਹੜੀ ਪੜ੍ਹੀ ਲਿਖੀ ਸੀ ਉਹ ਆਪਣੇ ਬਾਕੀ ਧੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਬਾਕੀ ਪਿੰਡ ਦੀਆਂ ਕੁੜੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਸਾਰਾ ਪੈਸਾ ਆਪਣੇ ਪਿੰਡ ਦੇ ਵਿਕਾਸ 'ਤੇ ਲਾਉਣਾ ਚਾਹੁੰਦੀ ਸੀ ਰਾਣੋ ਦੇ ਰਸਤੇ ਬਣਾ ਰਾਣੋ ਰਾਣੋ ਖਾਲੀ ਲਾ ਚੁੱਪ ਕਰ ਹੌਸਲਾ ਰੱਖ ਗੱਲ ਸੁਣ ਸਾਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਕਦਲ ਤੂੰ ਨਹੀਂ ਕੀਤਾ ਰਾਣੋ ਦੇ ਭਰਾਵਾਂ ਨੇ ਕੀਤਾ ਵਾ ਇਹ ਤਾਂ ਕਾਕਾ ਹੋਰ ਰਾਣੋ ਹੀ ਦੱਸ ਸਕਦੀ ਹੈ ਉਹ ਜਨਾਬ ਕਿਹੋ ਜਿਹਾ ਗੱਲਾਂ ਕਰਦੇ ਜੋ ਕਦੀ ਮਰੇ ਦੱਸ ਦਿੰਦੇ ਆ ਮਰੇ ਬੜਾ ਕੁਝ ਦੱਸ ਜਾਂਦੇ ਆ ਜੀ ਕੋਈ ਸਬੂਤ ਕੋਈ ਨਿਸ਼ਾਨੀ ਛੱਡ ਜਾਂਦੀ ਆ ਤੂੰ ਯਾਦ ਕਰ ਕਾਕਾ ਰਾਣੋ ਨੇ ਤੈਨੂੰ ਕਿਤੇ ਫੋਨ ਕੀਤਾ ਹੋਵੇ ਜਾਂ ਕਿਹਾ ਹੋਵੇ ਕੁਛ ਜਨਾਬ ਜੀ ਜਦੋਂ ਮੈਨੂੰ ਰਾਣੋ ਨੇ ਫੋਨ ਕੀਤਾ ਮੈਨੂੰ ਇੱਕੋ ਗੱਲ ਕਹੀ ਮੇਰੇ ਭਰਾ ਮਸਰਾ ਭਰਾ ਮੈਨੂੰ ਮਾਰਨਾ ਚਾਹੁੰਦੇ ਆ ਤੇ ਤਲਾਕ ਦੇ ਸਾਈਨ ਕਰਾ ਕੇ ਕਾਗਜ਼ ਥਾਣੇ ਜਮ੍ਹਾਂ ਕਰਾ ਗਏ ਚੱਲ ਤੂੰ ਰੋ ਨਾ ਤੂੰ ਯਾਦ ਕਰ ਥੋੜ੍ਹਾ ਜ਼ੋਰ ਪਾ ਆਪਣੇ ਦਿਮਾਗ 'ਤੇ ਵੀ ਸ਼ਾਇਦ ਕੁਛ ਉਹਨੇ ਰਾਣੋ ਨੇ ਕਿਹਾ ਹੋਵੇ ਤੈਨੂੰ ਜਿਹੜਾ ਤੂੰ ਅਜੇ ਤੱਕ ਤੈਨੂੰ ਯਾਦ ਨਹੀਂ ਆ ਰਿਹਾ ਕੁਝ ਯਾਦ ਕਰ ਹਾਂ ਹਾਂ ਜਨਾਬ ਜੀ ਯਾਦ ਆਇਆ ਰਾਣੋ ਨੇ ਫੋਨ ਕੱਟਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਕਹੀ ਸੀ ਮੈਨੂੰ ਚੱਕੀ ਨੂੰ ਕਾਲ ਕਰਨੀ ਪੈਣੀ ਹੈਲੋ ਹੈਲੋ ਜੱਗੀ ਰਾਣੋ ਘਬਰਾਈ ਕਿਉਂ ਤੂੰ ਜੱਗੀ ਕੀ ਹੋ ਗਿਆ ਜੱਗੀ ਮੇਰੇ ਭਰਾਵਾਂ ਨੇ ਨਾ ਮੇਰੇ ਕੋਲ ਜ਼ਬਰਦਸਤੀ ਤਲਾਕ ਦੇ ਪੇਪਰਾਂ 'ਤੇ ਸਾਈਨ ਕਰਵਾ ਲਏ ਆ ਅੱਛਾ ਫਿਰ ਬਸ ਉਹ ਨਾ ਥਾਣੇ ਜਮ੍ਹਾਂ ਕਰਵਾਇਆ ਹੈ ਥਾਣੇ ਕਿੱਥੇ ਪਤਾ ਨਹੀਂ ਚੌਂਕੀ ਜਮ੍ਹਾਂ ਕਰਵਾ ਕੇ ਆਏ ਆ ਚੌਂਕੀ ਠੀਕ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਤੈਨੂੰ ਕੀ ਕਹਾਂ ਤੂੰ ਬਸ ਉਹ ਪੇਪਰ ਗਾਇਬ ਕਰਵਾ ਦੇ ਠੀਕ ਹੈ ਮੈਂ ਆਪ ਜਮ੍ਹਾਂ ਕਰਾ ਦੂੰ ਪੇਪਰ ਗਾਇਬ ਕਰ ਹਾਂ ਜੱਗੀ ਇੱਕ ਮਿੰਟ ਮੇਰੀ ਗੱਲ ਸੁਣ ਹਾਂ ਬੋਲ ਬੋਲ ਅਗਰ ਮੈਨੂੰ ਕੁਝ ਹੋ ਜਾਂਦਾ ਹੈ ਨਾ ਹਾਂ ਤੇ ਮੇਰੇ ਕੋਲ ਇੱਕ ਤਵੀਤ ਹੈ ਤੇ ਉਹ ਤੇਰੀ ਰੱਖਿਆ ਕਰੇਗਾ ਠੀਕ ਹੈ ਰਾਣਾ ਮੈਂ ਤੈਨੂੰ ਕੁਝ ਨਹੀਂ ਹੋ ਦਵਾਂਗਾ ਜੱਗੀ ਰਾਣਾ ਤੂੰ ਘਬਰਾ ਨਾ ਮੈਂ ਹੁਣੇ ਜਾਣਾ ਚੌਂਕੀ ਜੱਗੀ ਮੈਂ ਫੋਨ ਰੱਖਦੀ ਹਾਂ ਕੋਈ ਆ ਰਿਹਾ ਕਹਿੰਦੀ ਸੀ ਜੇ ਮੈਨੂੰ ਕੱਲ ਨੂੰ ਕੁਝ ਹੋ ਗਿਆ ਤੇ ਮੇਰਾ ਤਵੀਤ ਹੀ ਤੁਹਾਨੂੰ ਬਚਾ ਸਕਦਾ ਮਤਲਬ ਰਾਣੋ ਤੀ ਤਵੀਤ ਧਾਗਿਆਂ 'ਚ ਵਿਸ਼ਵਾਸ ਰੱਖਦੀ ਨਹੀਂ ਨਹੀਂ ਜਨਾਬ ਜੀ ਉਹ ਤਵੀਤ ਧਾਗਿਆਂ 'ਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦੀ ਜਨਾਬ ਜੀ ਪਤਾ ਨਹੀਂ ਉਹਨੇ ਮੈਨੂੰ ਕਿਉਂ ਕਿਹਾ ਮੇਰੇ ਰਾਣੋ ਨੂੰ ਕਿਉਂ ਕਿਹਾ ਕਾਕਾ ਸਾਬੀ ਚੈੱਕ ਕਰ ਯਾਰਾ ਕੋਈ ਤਵੀਤ ਨਹੀਂ ਹੈਗਾ ਗਲੇ 'ਚ ਦੇ ਗਲੇ 'ਚ ਨਹੀਂ ਗਲ 'ਚ ਨਹੀਂ ਹੈਗਾ ਜੀ ਅੱਛਾ ਅੱਛਾ ਬਾਂਹ 'ਚ ਵੀ ਹੱਥ 'ਚ ਵੀ ਹੱਥ 'ਤੇ ਹੱਥ 'ਤੇ ਮੋਢੇ 'ਚ ਮੋਢੇ 'ਚ ਹੱਥ ਜਨਾਬ ਤਵੀਤ ਹੈਗਾ ਲਾ ਜੀ ਦੇਖਦਾ ਮੈਨੂੰ ਠੀਕ ਹੈ ਮੈਨੂੰ ਲੱਗਦਾ ਕੁਛ ਹੈਗਾ ਇਹਦੇ 'ਚ ਚਲੋ ਬੰਦ ਕਰ ਦੇ ਕੋਈ ਗੱਲ ਨਹੀਂ ਕੋਈ ਤੂੰ ਰੋਣਾ ਰੋਣਾ ਆ ਜਾਓ ਕਰ ਦਿਓ ਬੰਦ ਓਏ ਆ ਪੰਚਾਇਤ ਵਾਲੇ ਪੈਸੇ ਅੰਦਰ ਲੈ ਕੇ ਚਲੋ ਚਲੋ ਚੁੱਕੋ 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 ਭਾਜੋ ਜਨਾਬ ਜੀ ਇਹਦਾ ਕਰੀਏ ਆਪਾਂ ਵੇਖਦਾ ਹੈ ਤਵੀਤ ਹਾਂ ਬਈ ਇੱਧਰ ਕਾਕਾ ਹਾਂਜੀ
ਜਨਾਬ ਜੀ ਇਹ ਤੇ ਮੈਮਰੀ ਕਾਰਡ ਹੈ ਹਾਂ ਜਨਾਬ ਜੀ ਸਾਬੀ ਅਲਾ ਕਾਕਾ ਆ ਮੈਮਰੀ ਕਾਰਡ ਦਾ ਜਿੰਨਾ ਡਾਟਾ ਨੇ ਆਪਣੇ ਮੋਬਾਈਲ 'ਚ ਪਵਾ ਕੇ ਲਿਆ ਫਿਰ ਦੇਖਦੇ ਹਾਂ ਵੀ ਰਾਣੋ ਨੇ ਕੀ ਸਬੂਤ ਛੱਡਿਆ ਠੀਕ ਹੈ ਜਾ ਉੱਡ ਜਾ ਜਲਦੀ ਆਈ ਆਪਣੇ ਮੋਬਾਈਲ 'ਚ ਪਵਾ ਲਿਆ ਤੂੰ ਰੋ ਨਾ ਕੁਛ ਨਹੀਂ ਹੁੰਦਾ ਮੇਰੇ ਰਾਣੋ ਦਾ ਸੁਪਨਾ ਸੀ ਪਿੰਡ ਬਾਰੇ ਸੋਚਦੀ ਸੋਚਦੀ ਮਰ ਗਈ ਮੇਰੀ ਰਾਣੋ ਕੋਈ ਗੱਲ ਨਹੀਂ ਅਜੇ ਤੱਕ ਆਇਆ ਜੀ ਘੜੀ ਨਹੀਂ ਹੈ ਜੀ ਮੇਰੇ ਕੋਲ ਤਾਂ ਜਨਾਬ ਆ ਜਾਂਦਾ ਮੋਟਰਸਾਈਕਲ ਤੇ ਗਿਆ ਜੀ ਮੋਟਰਸਾਈਕਲ ਤੇ ਗਿਆ ਹਾਂਜੀ ਜਨਾਬ ਦੇਖ ਲਓ ਜੀ ਹਾਂ ਦੇਖੋ ਮਰਦੀ ਮਰਦੀ ਵੀ ਸਭ ਕੁਝ ਦੱਸਗੀ ਸਾਰਾ ਬਿਆਨ ਦੇਗੀ ਜਨਾਬ ਬੰਦਾ ਸੱਚਾ ਲੱਗਦਾ ਵਾਹ ਨੀ ਵਾਹ ਸਦਕੇ ਜਾਵਾਂ ਰਹਿਣੋ ਮਰਦੀ ਮਰਦੀ ਵੀ ਆਪਣੇ ਪਿੰਡ ਵਾਲਿਆਂ ਦਾ ਸੋਚਦੀ ਸਲੂਟ ਹੈ ਤੈਨੂੰ ਰਹਿਣੋ ਸਾਰੀ ਪੰਜਾਬ ਪੁਲਿਸ ਦਾ ਤੈਨੂੰ ਸਲੂਟ ਹੈ ਉਹ ਪੰਚਾਇਤ ਨੂੰ ਬੁਲਾਓ ਏ ਜਨਾਬ ਪੰਚਾਇਤ ਆ ਗਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਹਾਂ ਓਏ ਪੰਚਾਇਤੀ ਹੋ ਰਾ ਸੁਣਾ ਮੇਰੀ ਲਾਇਬ੍ਰੇਰੀ ਵਾਲੇ ਕਿੱਥੇ ਆ ਹਾਂਜੀ ਸਰ ਇੱਧਰ ਆ ਤੂੰ ਇੱਧਰ ਵੜ ਗਿਆ ਪਲਾਟ ਲਿਆ ਜਿਹੜਾ ਜਿੱਥੇ ਮਰਜ਼ੀ ਭੱਜਾ ਫਿਰਦਾ ਸਿੱਧੇ ਹੋ ਕੇ ਖੜੋ ਉਹ ਤੁਹਾਡਾ 8 ਲੱਖ ਰੁਪਈਆ ਪਿਆ ਤੇ ਚੱਕੋ ਤੇ ਤਿੱਤ ਬਣ ਜਾਓ ਤੁਹਾਡਾ ਹੁਣ ਕੀ ਆਂਦੇ ਸ਼ਮਸ਼ਾਨ ਘਾਟ ਵੀ ਬਣ ਜੂਗਾ ਤੇ ਤੁਹਾਡੀ ਲਾਇਬ੍ਰੇਰੀ ਵੀ ਬਣ ਜੂਗੀ ਤੇ ਪਿੰਡ ਦੇ ਵਿੱਚ ਹੋਰ ਵੀ ਤੁਸੀਂ ਜੋ ਬਣਾਉਣਾ ਹੋਣ ਚਾਹੋਗੇ ਨਾ ਉਹ ਵੀ ਬਣ ਜੂਗਾ ਪੈਸਾ ਜੀ ਪੰਜਾਬ ਪੁਲਿਸ ਲਾਊਗੀ ਫਿਰ ਪੰਜਾਬ ਪੁਲਿਸ ਸਾਹਿਬ ਆ ਛੇ ਅਸੀਂ ਇਸੇ ਕੰਮ ਲਈ ਬੈਠੇ ਆ ਤੁਸੀਂ ਆਖਣ ਦੇਣਾ ਵੀ ਸਾਰਾ ਕੁਝ ਬਣ ਜੂ 8 ਲੱਖ 'ਚ ਕੀ ਬਣਦਾ ਜੀ ਅੱਜ ਕੱਲ੍ਹ ਕੀ ਆਉਂਦਾ ਪੈਸੇ ਲਾਊਗੀ ਤੁਹਾਡੇ ਹੀ ਪਿੰਡ ਦੀ ਧੀ ਤੁਸੀਂ ਧੀਆਂ ਨੂੰ ਕੁੱਖ 'ਚ ਮਰਵਾ ਦਿੰਦੇ ਨਾ ਪੜ੍ਹਾਉਂਦੇ ਨਹੀਂ ਜੇ ਲਿਖਾਉਂਦੇ ਨਹੀਂ ਜੇ ਆ ਤੁਹਾਡੇ ਹੀ ਪਿੰਡ ਦੀ ਧੀ ਰਾਣੋ ਮਰਦੀ ਮਰਦੀ ਵੀ ਪਿੰਡ ਵਾਲਿਆਂ ਲਈ ਸੋਚ ਗਈ ਆ ਰਾਣੋ ਮਰ ਗਈ ਆ ਦੇਖ ਕੀ ਕਿਹਾ ਉਹਨੇ ਸੁਣੋ ਮੈਂ ਰਾਣੋ ਆਪਣੇ ਪੂਰੇ ਹੋਸ਼ ਵਿੱਚ ਇਹ ਬਿਆਨ ਦੇ ਰਹੀ ਹਾਂ ਕਿ ਜਿਹੜੇ ਮੇਰੇ ਮਤਰੇ ਭਰਾ ਨੇ ਉਹ ਮੇਰੀ ਪ੍ਰਾਪਰਟੀ ਹੜੱਪਣਾ ਚਾਹੁੰਦੇ ਨੇ ਪਰ ਮੈਂ ਇਹ ਨਹੀਂ ਚਾਹੁੰਦੀ ਕਿ ਉਹ ਮੇਰੀ ਪ੍ਰਾਪਰਟੀ ਨੂੰ ਗਲਤ ਯੂਜ਼ ਕਰਨ ਜਾਂ ਉਹ ਉਸ ਪ੍ਰਾਪਰਟੀ ਦੇ ਵਾਰਿਸ ਬਣਨ ਪਰ ਮੈਂ ਉਸ ਪ੍ਰਾਪਰਟੀ ਨੂੰ ਪਿੰਡ ਦੇ ਵਿਕਾਸ ਲਈ ਯੂਜ਼ ਕਰਨਾ ਚਾਹੁੰਦੀ ਹਾਂ ਕਿ ਜਿਹੜੀਆਂ ਕੁੜੀਆਂ ਪੜ੍ਹ ਨਹੀਂ ਸਕਦੀਆਂ ਉਹਨਾਂ ਲਈ ਸਕੂਲ ਕਾਲਜ ਬਣਾਏ ਜਾਣ ਤੇ ਜਿਹੜਾ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਲਈ ਹੋਸਪਿਟਲ ਬਣਵਾਏ ਜਾਣ ਕਿਉਂਕਿ ਮੇਰੇ ਮਤਰੇ ਭਰਾ ਮੈਨੂੰ ਮਾਰਨਾ ਚਾਹੁੰਦੇ ਨੇ ਪਰ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੀ ਪ੍ਰਾਪਰਟੀ ਦਾ ਗਲਤ ਯੂਜ਼ ਹੋਵੇ ਇਸ ਕਰਕੇ ਅਗਰ ਮੈਨੂੰ ਕੱਲ੍ਹ ਕੁਛ ਹੋ ਜਾਂਦਾ ਹੈ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੇ ਮਤਰੇ ਭਰਾ ਹੋਣਗੇ ਬੋਲ ਗਈ ਅੱਖਾਂ ਹੁਣ ਸਭ ਕੁਝ ਤੁਹਾਡੇ ਪਿੰਡ ਦਾ ਬਣ ਜੂਗਾ ਜਾਓ ਤਿੱਤੇ ਬਣਜੋ ਇੱਥੋਂ ਚਲੋ 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 ਚੰਗਾ ਜੀ ਖਿਸਕੋ ਪੈਸੇ ਲੈ ਜਾਓ ਆਪਣਾ ਟਰੰਕ ਜਿਹਾ ਚਾਕੋ ਸੈਕਟਰੀ ਉਹ ਟਰੰਕ ਸਾਡਾ ਵਾ ਇੱਥੋਂ ਪੈਸੇ ਲੈ ਜਾਓ ਇਹ ਨਹੀਂ ਆ ਉਹ ਪਿਆ ਜੇ ਉਹ ਜਾਓ ਇਹਨੂੰ ਵਿੱਚੋਂ ਪੈਸੇ ਕੱਢ ਕੇ ਦੇ ਦੇਣਾ 8 ਲੱਖ ਠੀਕ ਹੈ ਲਓ ਜੀ ਮੇਰੇ ਰਾਣੋ ਤੇ ਨਹੀਂ ਮੁੜਦੀ ਚਲ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਪਰ ਮੇਰੀ ਇੱਕ ਬੇਨਤੀ ਆ ਇਹਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਵਾ ਲਓ ਜੀ ਇਹਦੇ ਕਾਤਲਾਂ ਨੂੰ ਸਜ਼ਾ ਮਿਲੀ ਲੈ ਬਸ ਸਾਡਾ ਇਹੋ ਕੰਮ ਹੈ ਅਸੀਂ ਜਾਂਦੇ ਹੀ ਚੱਕ ਲੈਣੇ ਆ ਤੇਰੀ ਰਾਣੋ ਨੂੰ ਇਨਸਾਫ ਦਵਾਵਾਂਗੇ ਪੂਰਾ ਫੁੱਲ ਜਾ ਤੂੰ ਉਹ ਕਿੱਥੇ ਪਿਛੇ ਸੀ ਸਰ ਹੁਣ ਤੇ ਗਏ ਜੀ ਰੋਣ ਤੇ ਸਵੇਰ ਤੇ ਨਿਕਲੇ ਆ ਹੁਣ ਆਉਣ ਹੀ ਵਾਲੇ ਆ ਜੀ ਆ ਜਾਂਦੇ ਜੀ ਬੈਠੋ ਬੈਠੋ ਤੁਸੀਂ ਸਰ ਜੈ ਸਰ ਜੈ ਹਾਂਜੀ ਸਰ ਦੱਸਿਆ ਨਹੀਂ ਕਿਹੜੇ ਲਿਆ ਆਏ ਬਿਸ਼ਨ ਮੈਂ ਕਿਹਾ ਤੈਨੂੰ ਕੋਈ ਖੁਸ਼ਖਬਰੀ ਦੱਸੀ ਏ ਹਾਂਜੀ ਖੁਸ਼ਖਬਰੀ ਹਾਂਜੀ ਹਾਂਜੀ ਜਨਾਬ ਹੁਕਮ ਬਿਸ਼ਨ ਮੈਨੂੰ ਪਤਾ ਲੱਗਾ ਤੂੰ ਪਿੰਡ ਦੇ ਬੜੇ ਵਧੀਆ ਵਧੀਆ ਕੰਮ ਕੀਤੇ ਬਸ ਜੀ ਤੁਹਾਡਾ ਹੀ ਆਸਰਾ ਜੀ ਵੇਖੋ ਜੀ ਸਾਡੇ ਅਫਸਰ ਇੰਨਾ ਵਧੀਆ ਕੰਮ ਕਰਦੇ ਰਹੇ ਇਸ ਥਾਣੇ 'ਚ ਤੇ ਫਿਰ ਮੈਂ ਤਾਂ ਵਧੀਆ ਕੰਮ ਕਰ ਰਹੀ ਹੋਏ ਜੀ ਬਸ ਉਸੇ ਚੱਕਰ 'ਚ ਲੱਗਾ ਜੀ ਨਸ਼ੇ ਨੁਸ਼ੇ ਵਾਲੇ ਬੰਦੇ ਫੜਦਾ ਪਿਆ ਜੀ ਨਹੀਂ 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 ਤੂੰ ਇੱਕ ਬਹੁਤ ਬਹੁਤ ਵਧੀਆ ਕੰਮ ਕੀਤਾ ਆ ਹਾਂਜੀ ਜਿਹੜੀ ਲੜਕੀ ਦੀ ਜਾਇਦਾਦ ਜਿਹੜੀ ਮਰਮਲੇ ਕਰ ਗਈ ਸੀ ਆਪਣੀ ਹਾਂਜੀ ਹਾਂਜੀ ਪਿੰਡ ਦੇ ਨਾਂ 'ਤੇ ਹਾਂਜੀ ਹਾਂਜੀ ਸਰ ਉਹ ਤਾਂ ਸਾਰੀ ਪਿੰਡ 'ਤੇ ਲਵਾ ਦਿੱਤੀ ਹੈ ਹਾਂਜੀ ਹਾਂਜੀ ਸਰ
ਕਾਲਜ ਬਣਵਾਤੇ ਆ ਸ਼ਮਸ਼ਾਨ ਘਾਟ ਬਣਵਾਤਾ ਸਟੇਡੀਅਮ ਬਣਵਾਤਾ ਵੈਰੀ ਗੁੱਡ ਬਹੁਤ ਵਧੀਆ ਕੰਮ ਕੀਤਾ ਇੱਕ ਤੂੰ ਜਿਹੜਾ ਗਰੀਬ ਲੜਕੀਆਂ ਦਾ ਵਿਆਹ ਦਾ ਕੰਮ ਕਰਦਾ ਨਾ ਇਹ ਬਹੁਤ ਵਧੀਆ ਕੰਮ ਕਰਦਾ ਲੈਟਰ ਪ੍ਰਮੋਸ਼ਨ ਹੋ ਗਈ ਮੇਰੀ ਸਭ ਇੱਕ ਮਿੰਟ ਸਭ ਇੱਕ ਮਿੰਟ ਵਿਸ਼ੇ ਸਿੰਘ ਸਬ ਇੰਸਪੈਕਟਰ ਸਰ ਜੈ ਹਿੰਦ ਸਰ ਸਰ ਮੈਂ ਬਹੁਤ ਖੁਸ਼ ਹਾਂ ਸਰ ਮੈਂ ਦੱਸ ਨਹੀਂ ਸਕਦਾ ਮੇਰੀ ਕੀ ਭਾਵਨਾ ਸਰ ਸਰ ਮੇਰਾ ਤੁਸੀਂ ਮਾਣ ਬਿਠਾਇਆ ਮੈਨੂੰ ਆ ਪ੍ਰਮੋਸ਼ਨ ਦੇ ਕੇ ਸਰ ਸਰ ਤੁਹਾਡੇ ਚਰਨ ਕਿੱਥੇ ਹੈ ਬਹੁਤ 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 ਮਿਹਰਬਾਨੀ ਸਰ ਤੋਹਫਾ ਦੇ ਚੱਲੇ ਸਰ ਚਾਹ ਚੂ ਪੀਓਗੇ ਨਹੀਂ ਬਸ ਚੰਗਾ ਤੁਸੀਂ ਇੱਥੇ ਠੰਡੀ ਬਣਾਉਂਦੇ ਜੀ ਸਾਡੇ ਸਾਹਮਣੇ ਆਇਓ ਪ੍ਰਮੋਸ਼ਨ ਦੀਆਂ ਪੜ੍ਹ ਕੇ ਲੈਂਦੇ ਪਹਿਲਾਂ ਮੈਨੂੰ ਥੋੜ੍ਹਾ ਰੋਕ ਕੇ ਚੜ ਲੈਂਦੇ ਦੇਖੋ ਬਈ ਪ੍ਰਮੋਸ਼ਨ ਐਵੇਂ ਨਹੀਂ ਮਿਲਦੀਆਂ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਚੰਗੇ ਕੰਮ ਕਰਨ ਵਾਲਿਆਂ ਨੂੰ ਪ੍ਰਮੋਸ਼ਨਾਂ ਮਿਲਦੀਆਂ ਹਾਂਜੀ ਜੇ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਰੱਬ ਸਾਡਾ ਵੀ ਭਲਾ ਕਰਦਾ ਹੀ ਹੈ ਕਿਸੇ ਜ਼ਰੀਏ ਹੋ ਜਾਂਦਾ ਜੀ ਹੋ ਜਾਂਦਾ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਮੇਰੀ ਗੱਲ ਨੋਟ ਕਰ ਲਓ ਆਉਣ ਵਾਲੇ ਸਮੇਂ 'ਤੇ ਤੁਸੀਂ ਵੀ ਇਸ ਮੁਕਾਮ 'ਤੇ ਪਹੁੰਚਣਾ ਠੀਕ ਹੈ ਜੀ ਸਾਰੀ ਉਮਰ ਤੁਸੀਂ ਇਹ 'ਚ ਨਹੀਂ ਰਹਿਣਾ ਤੁਸੀਂ ਤਰੱਕੀ ਕਰੋਗੇ ਬਸ ਇਹ ਹੈ ਵੀ ਕਿਸੇ ਨਾਲ ਧੱਕਾ ਨਾ ਕਰਿਓ ਜੇ ਸਾਰੇ ਮਹਿਕਮੇ ਵਾਲੇ ਇੱਦਾਂ ਦੇ ਹੋ ਜਾਣ ਜਿਵੇਂ ਮੈਂ ਆਪਣੀ ਡਿਊਟੀ ਨਿਭਾਈ ਆ ਗਰੀਬ ਧੀਆਂ ਦੇ ਵਿਆਹ ਕੀਤੇ ਹੈ ਆ ਪੰਚਾਇਤ ਵਾਲਿਆਂ ਦੇ ਫੈਸਲੇ ਕੀਤੇ ਆ ਨਸ਼ਿਆਂ ਵਾਲੇ ਫੜ ਫੜ ਅੰਦਰ ਕੀਤੇ ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਹੀ ਜਿੰਨੇ ਹੀ ਲੋਕ ਇੱਦਾਂ ਹੀ ਪੁਲਿਸ 'ਤੇ ਵਿਸ਼ਵਾਸ ਕਰਿਆ ਕਰਨਗੇ ਅਤੇ ਫਿਰ ਹੁਣ ਮੈਨੂੰ ਕੀ ਕਿਆ ਕਰੋਗੇ ਸਬ ਇੰਸਪੈਕਟਰ ਬਿਸ਼ਨ ਸਿੰਘ ਜੀ ਨਹੀਂ ਓਏ ਤੁਸੀਂ ਹੁਣ ਕਿਆ ਕਰਨਾ ਸਾਡਾ ਸਬ ਇੰਸਪੈਕਟਰ ਥਾਣੇਦਾਰ ਬਿਸ਼ਨ ਸਿੰਘ